ਭਾਈ ਮਹਿੰਗਾ ਸਿੰਘ ਜੀ ਦਾ ਪਹਿਲਾ ਨਾਮ ਕੁਲਵੰਤ ਸਿੰਘ ਸੀ ਹਾਂਜੀ ਭਾਈ ਮਹਿੰਗਾ ਸਿੰਘ ਜੀ ਦਾ ਬਚਪਨ ਦਾ ਨਾਮ ਪਰਿਵਾਰ ਨੇ ਕੁਲਵੰਤ ਸਿੰਘ ਰੱਖਿਆ ਹੋਇਆ ਸੀਗਾ ਜੀ ਅੱਛਾ ਤੇ ਕੁਲਵੰਤ ਸਿੰਘ ਤੋਂ ਭਾਈ ਮਹਿੰਗਾ ਸੀ ਬੱਬਰ ਕਿਵੇਂ ਬਣੇ 84 ਤੇ ਜਨਮ ਤਾਂ ਜ਼ਖਮ ਤਾਂ ਉਸ ਟਾਈਮ ਤੱਕ ਲੈ ਰਹਿਣਗੇ ਜਦ ਤੱਕ ਸਿੱਖਾਂ ਦੇ ਵਿੱਚ ਆਖਰੀ ਸਵਾਸ ਹੈ ਸਿੱਖ ਕੌਮ ਤੋਂ ਬਾਅਦ ਕਹਿਤਾ ਕਿ ਜਰਾਇਮ ਪੇਸ਼ਾ ਜਰਾਇਮ ਪੇਸ਼ਾ ਕੌਮ ਸਾਨੂੰ ਦੱਸਿਆ ਤਾਂ ਜਾਵੇ ਅਸੀਂ ਜਰਾਇਮ ਪੇਸ਼ਾ ਵਾਲਾ ਕੰਮ ਕੀ ਕੀਤਾ ਸੀਗਾ ਸਾਨੂੰ ਅੱਜ ਤੱਕ ਇਹ ਨਹੀਂ ਪਤਾ ਲੱਗਿਆ ਸਾਨੂੰ ਜਰਾਇਮ ਪੇਸ਼ਾ ਦਾ ਖਤਮ ਖਿਤਾਬ ਤਾਂ ਦੇ ਦਿੱਤਾ ਗਿਆ ਲੇਕਿਨ ਜਰਾਇਮ ਪੇਸ਼ਾ ਵਾਲਾ ਅਸੀਂ ਕੰਮ ਕੀ ਕੀਤਾ ਸੀਗਾ ਉਹ ਕੌਮ ਨੂੰ ਸਮਰਪਿਤ ਹੋ ਗਏ ਕੌਮ ਨੂੰ ਹੀ ਆਪਣਾ ਪਰਿਵਾਰ ਬਣਾ ਲਿਆ ਸੀਗਾ ਉਹਨਾਂ ਨੇ ਕੋਈ ਜਿਹੜਾ ਸਾਡਾ ਪਰਿਵਾਰ ਸੀਗਾ ਉਹਦੇ ਨਾਲ ਬਹੁਤ ਘੱਟ ਮਤਲਬ ਕਿ ਬਹੁਤ ਮਾਂ ਪਿਓ ਦੀ ਕੋਈ ਖਿੱਚ ਨਹੀਂ ਪਈ ਇਹੋ ਜਿਹੀ ਕਿ ਵਾਪਸ ਆ ਜਾਓ ਜਾਂ ਪਰਿਵਾਰ ਨੇ ਕਿਹਾ ਹੋਵੇ ਕਿ ਮਹਿੰਗਾ ਸਿੰਘ ਕੁਲਵੰਤ ਸਿੰਘ ਵਾਪਸ ਆ ਜਾਓ ਮੈਂ ਕਿਹਾ ਤੁਸੀਂ ਬਈ ਮਾਤਾ ਪਿਤਾ ਜੀ ਦੀ ਇੱਛਾ ਹੈਗੀ ਹੈ ਵੀ ਤੁਸੀਂ ਵਾਪਸ ਆ ਜਾਓ ਵਾਪਸ ਆ ਕੇ ਤੁਸੀਂ ਬਈ ਤੁਹਾਡਾ ਵਿਆਹ ਕਰਨਾ ਬਈ ਪਰਿਵਾਰ 'ਚ ਆ ਜਾਓ ਤੁਸੀਂ ਉਹ ਕਹਿੰਦੇ ਮੇਰੀ ਜਿਹੜਾ ਵਿਆਹ ਹੈ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਹੋਵੇਗਾ ਤੁਸੀਂ ਮੈਨੂੰ ਕਹਿੰਦੇ ਵੀ ਤੁਸੀਂ ਆਪਣੇ ਪਰਿਵਾਰ ਦੀ ਮਾਂ ਬਾਪ ਦੀ ਦੇਖਭਾਲ ਤੁਸੀਂ ਕਰੋ ਜਿਹੜੀ ਮੇਰੀ ਜ਼ਿੰਮੇਵਾਰੀ ਹੈ ਪੰਥ ਦੀ ਮੈਂ ਉਹ ਪੰਥ ਦੀ ਜ਼ਿੰਮੇਵਾਰੀ ਨਿਭਾਉਣੀ ਹੈ ਕਿਆ ਕਿਸੇ ਵੀ ਸਿੱਖ ਨੇ ਅੱਜ ਤੱਕ ਲੜਾਈਆਂ ਲੱਗੀਆਂ ਜਨਰਲ ਸੁਵੇਕ ਸਿੰਘ ਜੀ ਨੇ ਕਿੰਨੀ ਵੱਡੀ ਲੜਾਈ ਜਿੱਤੀ ਹੈ ਕਿਆ ਉਹਨਾਂ ਨੂੰ ਇਨਸਾਫ ਮਿਲਿਆ ਕਿਆ ਉਹਨਾਂ ਨੇ ਗਦਾਰੀ ਕੀਤੀ ਜਾਂ ਹੋਰ ਜਿਹੜੇ ਜਨਰਲ ਜਗਜੀਤ ਸਿੰਘ ਅਰੋੜਾ ਜੀ ਸੀਗੇ ਕਿਆ ਕਿਸੇ ਨੇ ਦੇਸ਼ ਨਾਲ ਗਦਾਰੀ ਕੀਤੀ ਦੇਸ਼ ਨਾਲ ਵਫਾਦਾਰੀ ਨਹੀਂ ਨਿਭਾਈ ਇਹ ਉੱਠਦੇ ਹੈ ਮੂੰਹ ਚੱਕ ਕੇ ਕਹਿ ਦਿੰਦੇ ਹੈ ਸਿੱਖ ਗਦਾਰ ਹੈ ਸਿੱਖ ਅਲੱਗ ਹੋਣਾ ਚਾਹੁੰਦੇ ਹੈ ਸਿੱਖ ਫਲਾਣੇ ਹੈ ਸਿੱਖ ਕੌਮ ਮਹਾਨ ਹਸਤੀ ਜਿਨ੍ਹਾਂ ਨੇ ਪੰਥ ਲਈ ਕੁਰਬਾਨੀ ਕੀਤੀ ਹੈ ਉਹਨਾਂ ਦੇ ਭਾਈ ਸਾਹਿਬ ਆਏ ਹੈ ਅਸੀਂ ਉਹਨਾਂ ਦਾ ਸਨਮਾਨ ਕਰਨਾ ਚਾਹੁੰਦੇ ਹਾਂ ਉਹਨਾਂ ਨੇ ਸਨਮਾਨ ਕੀਤਾ ਮੇਰੇ ਕੋਲ ਫਖਰ ਮਹਿਸੂਸ ਹੋਇਆ ਫਖਰ ਤਾਂ ਦੇਖੋ ਸਦਾ ਹੀ ਫਖਰ ਰਹਿਣਾ ਚਾਹੇ ਸਨਮਾਨ ਉਹ ਕਰਨ ਨਾ ਕਰਨ ਸਾਨੂੰ ਇਹ ਤਾਂ ਪਤਾ ਸਾਡੇ ਭਾਈ ਸਾਹਿਬ ਨੇ ਪਰਿਵਾਰ ਲਈ ਨਹੀਂ ਪੰਥ ਲਈ ਕੁਰਬਾਨੀ ਕਰਕੇ ਕਿਉਂ ਪੰਥ ਦੀ ਗੱਲ ਕਰਦੇ ਸੀ ਕੌਮ ਦੀ ਗੱਲ ਕਰਦੇ ਸੀਗੇ ਉਹਨਾਂ ਨੇ ਕੌਮ 'ਚ ਅਣਖ ਜਗਾਈ ਸੀ ਕਿ ਕੌਮ 'ਚ ਉਹਨਾਂ ਨੇ ਅਣਖ ਜਗਾਈ ਸੀਗੀ ਕੌਮ ਨੂੰ ਜਗਾਇਆ ਸੀਗਾ ਸੋ ਕੌਮ ਉਹਨਾਂ ਦੀ ਗੱਲ ਸੁਣਨਾ ਚਾਹੁੰਦੀ ਸੀਗੀ ਕੁਛ ਬੰਦਿਆਂ ਨੂੰ ਉਹਨਾਂ ਦੀ ਗੱਲ ਅੱਛੀ ਨਹੀਂ ਲੱਗਦੀ ਸੀਗੀ ਉਹਨਾਂ ਨੂੰ ਸੋਚਦਾ ਸੀ ਸੋ ਉਹਨਾਂ ਦੀ ਸੋਚ ਹੋ ਗਈ ਸੀ ਕਿ ਸ਼ਾਇਦ ਬਈ ਜੇ ਅੱਗੇ ਆ ਗਏ ਸਾਡੀਆਂ ਮਤਲਬ ਦੁਕਾਨਾਂ ਬੰਦ ਸਾਡੀਆਂ ਦੁਕਾਨਾਂ ਬੰਦ ਹੋ ਜਾਣੀਆਂ ਦੇਖੋ ਹੁਣ ਜਿਹੜੀ ਤਾਂ ਜਨਰਲ ਬਰਾੜ ਕਹਿੰਦਾ ਬਈ ਅਸੀਂ ਸੰਤਾਂ ਨੂੰ ਔਫਰਾਂ ਕੀਤੀਆਂ ਮੁੱਖ ਮੰਤਰੀ ਦੀ ਔਫਰ ਕੀਤੀ ਜਾਂ ਬਾਹਰਲੇ ਦੇਸ਼ ਵਿੱਚ ਔਫਰਾਂ ਕੀਤੀਆਂ ਸੰਤ ਜੀ ਦੀ ਉਮਰ ਤਾਂ ਕਾਫੀ ਵੱਡੀ ਹੋ ਚੁੱਕੀ ਸੀਗੀ ਉਹਨਾਂ ਦੇ ਤਾਂ ਠੁਕਰਾਣੀ ਸੀਗੀ ਆਪਣੇ ਤਾਂ 7 ਸਾਲ ਔਰ 9 ਸਾਲ ਦੇ ਸਾਹਿਬਜ਼ਾਦਿਆਂ ਨੇ ਵੀ ਸਰਕਾਰ ਉਸ ਟਾਈਮ ਦੀ ਸਰਕਾਰ ਦੀਆਂ ਮਤਲਬ ਕਿ ਠੁਕਰਾ ਦਿੱਤੀਆਂ ਸੀਗੀਆਂ ਔਫਰਾਂ ਕਿਆ ਛੋਟੇ ਸਾਹਿਬਜ਼ਾਦਿਆਂ ਨੂੰ ਨਹੀਂ ਔਫਰਾਂ ਦਿੱਤੀਆਂ ਗਈਆਂ ਸੀਗੀਆਂ ਅਕਾਲ ਚੈਨਲ ਨਾਲ ਜੁੜੇ ਹੋ ਤੁਸੀਂ ਅਤੇ ਮੈਂ ਹਾਂ ਤਜਿੰਦਰ ਸਿੰਘ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਇਤਿਹਾਸ ਦੀਆਂ ਪਰਤਾਂ ਫਰੋਲਦੇ ਰਹੀਏ ਅਤੇ ਜਿਹੜਾ ਇਤਿਹਾਸ ਘੱਲੂਘਾਰਾਂ ਦੇ ਰੂਪ ਦੇ ਵਿੱਚ ਹੋਇਆ ਜਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਬਾਬਾ ਬਘੇਲ ਸਿੰਘ ਜੀ ਨੇ ਜਦੋਂ ਦਿੱਲੀ ਫਤਿਹ ਕੀਤੀ ਅਤੇ ਜਾਂ 1984 ਤੋਂ 90 ਦਾ ਦਹਾਕਾ ਕੀ ਹੋਇਆ ਸੀ ਉਹਦੇ ਵਾਸਤੇ ਅਸੀਂ ਗੱਲਬਾਤ ਕਰਦੇ ਰਹਿੰਦੇ ਅਕਸਰ ਹੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਅਸੀਂ ਇਤਿਹਾਸ ਤੋਂ ਜਾਣੂ ਕਰਵਾਉਂਦੇ ਰਹੀਏ ਅਤੇ ਜੋ ਸ਼ੂਰਮਗਤੀ ਨਾਲ ਜੂਝਦੇ ਹੋਏ 80 ਤੋਂ 90 ਦੇ ਦਹਾਕੇ ਦੇ ਵਿੱਚ ਸ਼ਹੀਦ ਹੋਏ ਉਹਨਾਂ ਦੀਆਂ ਗੱਲਾਂ ਕਰਦੇ ਰਹੀਏ 1984 ਨਾ ਤਾਂ ਸਿੱਖ ਭੁੱਲ ਹੀ ਸਕਦਾ ਉਹ ਭਾਵੇਂ 1984 ਜੂਨ ਦੇ ਵਿੱਚ ਹੋਵੇ ਜਾਂ 1984 ਨਸਲਕੁਸ਼ੀ ਜਿਹੜੀ ਕਿ ਹਿੰਦ ਹਕੂਮਤ ਵੱਲੋਂ ਕੀਤੀ ਗਈ ਕਾਨਪੁਰ ਦਿੱਲੀ ਬੋਕਾਰੋ ਦੀ ਧਰਤੀ ਦੇ ਉੱਤੇ ਉਹ ਕਦੇ ਵੀ ਭੁਲਾਈ ਨਹੀਂ ਜਾ ਸਕਦੀ ਸ਼ੁਰੂਆਤ ਜੇ ਆਪਾਂ ਜੂਨ ਦੀ ਗੱਲ ਕਰਦੇ ਹਾਂ ਤਾਂ ਆਪਣੀ ਹੀ ਸਰਕਾਰ ਹੋਵੇ ਅਤੇ ਜ਼ਾਲਮਾਨਾ ਕੰਮ ਹੋਣ ਅਤੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰ ਦਿੱਤਾ ਜਾਵੇ ਅਤੇ ਅਗਲੇ ਪਾਸੇ ਚੰਦ ਕੁ ਜਵਾਨ ਜਿਹੜੇ ਕਿ ਅੰਦਰਲੇ ਪਾਸੇ ਸੀ ਉਹ ਭਾਰਤੀ ਫੌਜ ਕਿਉਂਕਿ ਉਹ ਵੀ ਫੌਜ ਆਪਣੀ ਸੀ ਉਹ ਨੌਜਵਾਨ ਵੀ ਆਪਣੇ ਸੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਗੱਲ ਕਰੀਏ ਜਨਰਲ ਸੁਵੇਕ ਸਿੰਘ ਦੀ ਗੱਲ ਕਰੀਏ ਵਿਉਂਤਬੰਦੀ ਦੀ ਗੱਲ ਕਰੀਏ ਅਤੇ ਅਗਵਾਈ ਦੀ ਗੱਲ ਕਰੀਏ ਸੰਤ ਜਰਨੈਲ ਸਿੰਘ ਦੀ ਹੋਈ ਅਤੇ ਉਧਰਲੇ ਪਾਸੇ ਬਾਬਾ ਠਾਰਾ ਸਿੰਘ ਹੋਣ ਭਾਈ ਅਮਰੀਕ ਸਿੰਘ ਜੀ ਹੋਣ ਗਹਿ ਗੱਚ ਮੁਕਾਬਲਾ ਹੋਇਆ ਬਹੁਤ ਸ਼ਹੀਦੀਆਂ ਹੋਈਆਂ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸੀ ਸੰਗਤਾਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਦਰਬਾਰ ਸਾਹਿਬ ਪਹੁੰਚਦੀਆਂ ਸੀ
ਉਹਨਾਂ ਦਿਨਾਂ ਦੇ ਵਿੱਚ ਜਦੋਂ ਗੋਲੀਬਾਰੀ ਹੋਈ ਅਤੇ ਪਹਿਲੇ ਦਿਨ ਦੀ ਗੋਲੀਬਾਰੀ ਦੇ ਵਿੱਚ ਜਦੋਂ ਆਹਮੋ ਸਾਹਮਣਾ ਮੁਕਾਬਲਾ ਹੋਇਆ ਨਾ, ਉਹਦੇ 'ਚ ਕਹਿੰਦੇ ਕਿ ਜਿਹੜੀ ਪਹਿਲੀ ਸ਼ਹੀਦੀ ਹੋਈ ਹੈ ਨਾ ਉਹ ਭਾਈ ਮਹਿੰਗਾ ਸਿੰਘ ਸੀ, ਭਾਈ ਮਹਿੰਗਾ ਸਿੰਘ ਬੱਬਾ ਜਿਹੜੇ ਕਿ ਅਖੰਡ ਕੀਰਤਨ ਜਥੇ ਨਾਲ ਸੰਬੰਧਿਤ ਸਨ, ਪਹਿਲੀ ਸ਼ਹੀਦੀ ਉਹਨਾਂ ਦੀ ਹੁੰਦੀ ਆ। ਅਤੇ ਉਹ ਤੋਂ ਬਾਅਦ ਦੇ ਵਿੱਚ ਜਿਹੜਾ 6 ਦਿਨ ਦਾ ਦੌਰ ਚੱਲਿਆ, ਤਕਰੀਬਨ 6 ਤੋਂ 7 ਦਿਨ ਦਾ ਜੋ ਵੀ ਹੋਇਆ, ਉਹਦੇ 'ਚ ਹਜ਼ਾਰਾਂ ਹੀ ਸ਼ਹੀਦੀਆਂ ਹੋਈਆਂ। ਉਹਦੇ ਵਿੱਚ ਜੂਝ ਕੇ ਮਰਨ ਵਾਲੇ ਵੀ ਸੀ, ਅਤੇ ਉਹਦੇ ਵਿੱਚ ਜਿਹੜੇ ਅੰਦਰ ਮੱਥਾ ਟੇਕਣ ਗਏ ਸ਼ਰਧਾਲੂ ਸੀ, ਉਹਦੇ 'ਚ ਬੱਚੇ ਸੀ, ਬਜ਼ੁਰਗ ਸੀ, ਮਾਵਾਂ ਸੀ, ਭੈਣਾਂ ਸੀ, ਉਹਨਾਂ ਦੇ ਸ਼ਹੀਦੀਆਂ ਵੀ ਹੋਈਆਂ। ਕੁਛ ਨਹੀਂ ਵੇਖਿਆ ਗਿਆ, ਕੋਈ ਵਾਰਨਿੰਗ ਦਿੱਤੀ ਗਈ, ਕਿਸੇ ਨੂੰ ਬਾਹਰ ਨਹੀਂ ਨਿਕਲ ਦਿੱਤਾ ਗਿਆ। ਇੱਕ ਤਸੀਹਾ ਉਹ ਸਮੇਂ ਜਿਹਨੇ ਵੇਖਿਆ ਉਹ ਚੀਜ਼ ਨੂੰ, ਅਤੇ ਸ਼ਾਇਦ ਉਹ ਅਜੇ ਭੁੱਲ ਨਹੀਂ ਸਕਦਾ। ਕਈ ਵਾਰੀ ਗੱਲ ਹੁੰਦੀ ਆ, ਸ਼ਾਇਦ ਸੋਸ਼ਲ ਮੀਡੀਆ ਦੇ ਵਿੱਚ ਚਰਚਿਤ ਇਹ ਗੱਲ ਹੋ ਜਾਂਦੀ ਹੈ ਕਿ 1984 ਹੁਣ ਭੁੱਲ ਜਾਣੀ ਚਾਹੀਦੀ ਆ, ਪਰ ਜਿਹੜੀ ਚੀਜ਼ ਆ ਉਹ ਭਾਵੇਂ 1984 ਦੇ ਜੂਨ ਮਹੀਨੇ ਦੀ ਹੋਵੇ, ਉਹ ਨਹੀਂ ਭੁੱਲ ਸਕਦੇ, ਕੋਈ ਵੀ ਸਿੱਖ ਨਹੀਂ ਭੁੱਲ ਸਕਦਾ, ਅਤੇ ਉਹ ਭਾਵੇਂ ਨਵੰਬਰ 84 ਦੀ ਹੋਵੇ। ਅਤੇ ਅੱਜ ਅਸੀਂ ਜਿਹੜੀ ਗੱਲਬਾਤ ਕਰਨ ਜਾ ਰਹੇ ਹਾਂ ਭਾਈ ਮਹਿੰਗਾ ਸਿੰਘ 'ਤੇ ਕਰਾਂਗੇ। ਭਾਈ ਮਹਿੰਗਾ ਸਿੰਘ ਬੱਬਰ ਜਿਹੜੇ ਕਿ 1984 ਦੇ ਜੂਨ ਮਹੀਨੇ ਦੇ ਵਿੱਚ ਜਦੋਂ ਹਕੂਮਤ ਆਣ ਕੇ ਹਮਲਾ ਕਰਦੀ ਆ, ਅਤੇ ਪਹਿਲੇ ਦਿਨ ਤਕਰੀਬਨ ਦੱਸਿਆ ਜਾ ਰਿਹਾ ਕਿ ਦੁਪਹਿਰ ਨੂੰ ਗੋਲੀਬਾਰੀ ਸਟਾਰਟ ਹੁੰਦੀ ਆ ਅਤੇ ਸ਼ਾਮ ਤੱਕ ਚੱਲਦੀ ਆ, 4 ਤੋਂ 5 ਘੰਟੇ ਕੋਈ ਦੱਸਦਾ, ਕੋਈ 6 ਘੰਟੇ ਦੱਸਦਾ, ਕੋਈ 2 ਘੰਟੇ। ਮਾਫ਼ ਕਰਨਾ ਇਹਦੇ ਵਾਸਤੇ ਤਿੰਨੀ ਮੈਂ ਗੱਲ ਕਰੂੰਗਾ ਕਿੰਨੇ ਘੰਟੇ ਦੀ ਗੋਲਾਬਾਰੀ ਸੀ, ਪਰ ਉਸ ਗੋਲਾਬਾਰੀ ਦੇ ਵਿੱਚ ਪਹਿਲੀ ਸ਼ਹੀਦੀ ਭਾਈ ਮਹਿੰਗਾ ਸਿੰਘ ਦੀ ਹੋਈ। ਹੋਰ ਵੀ ਹੋ ਸਕਦੇ ਆ ਸ਼ਹੀਦ, ਪਰ ਭਾਈ ਮਹਿੰਗਾ ਸਿੰਘ ਦੀ ਸ਼ਹੀਦੀ ਹੋਈ। ਅੱਜ ਅਸੀਂ ਉਸ ਪਰਿਵਾਰ ਦੇ ਨਾਲ, ਜਾਂ ਭਾਈ ਮਹਿੰਗਾ ਸਿੰਘ ਦੇ ਭਰਾਤਾ ਸਾਡੇ ਨਾਲ ਆ, ਭਾਈ ਦਵਿੰਦਰ ਸਿੰਘ ਜੀ, ਗੁਰਫਤਿਹ ਸਾਂਝ ਕਰਦੇ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਦਵਿੰਦਰ ਸਿੰਘ ਜੀ, ਪਹਿਲਾਂ ਦੱਸੋ ਪਰਿਵਾਰ ਠੀਕ ਠਾਕ ਆ, ਸਭ ਚੜ੍ਹਦੀ ਕਲਾ 'ਚੋਂ? ਪਰਿਵਾਰ ਚੜ੍ਹਦੀ ਕਲਾ 'ਚ ਹੈ, ਗੁਰੂ ਮਹਾਰਾਜ ਦੀ ਕਿਰਪਾ ਹੈ, ਬਖਸ਼ਿਸ਼ ਹੈ ਗੁਰੂ ਮਹਾਰਾਜ ਦੀ। ਪਰਿਵਾਰ ਵਿੱਚ ਮੈਂ, ਮੇਰੇ ਘਰ ਦੇ, ਮੇਰੇ ਬੱਚੇ, ਔਰ ਇੱਕ ਮੇਰੇ ਸਿਸਟਰ ਮੇਰੇ ਤੋਂ ਵੱਡੇ, ਉਹ ਰਹਿ ਗਏ ਆ, ਬਾਕੀ ਭੈਣ ਭਰਾ। ਕਿੰਨੇ ਭੈਣ ਭਰਾ ਸੀ ਤੁਸੀਂ? ਅਸੀਂ 6 ਭੈਣ ਭਰਾ ਸੀਗੇ ਜੀ। ਅੱਛਾ। ਸਭ ਤੋਂ ਵੱਡੇ ਸਰਦਾਰ ਭੈਣ ਸਵਰਨ ਕੌਰ ਜੀ, ਉਸ ਤੋਂ ਬਾਅਦ ਸਰਦਾਰ ਦਲਜੀਤ ਸਿੰਘ ਜੀ, ਉਸ ਤੋਂ ਬਾਅਦ ਭੈਣ ਕੁਲਵੰਤ ਕੌਰ ਜੀ, ਉਸ ਤੋਂ ਬਾਅਦ ਸੁਰਿੰਦਰ ਕੌਰ ਜੀ, ਉਸ ਤੋਂ ਬਾਅਦ ਸਰਦਾਰ ਕੁਲਵੰਤ ਸਿੰਘ ਜੀ, ਜਿਨ੍ਹਾਂ ਦਾ ਨਾਂ ਭਾਈ ਮਹਿੰਗਾ ਸਿੰਘ ਕਰਕੇ ਜਾਣਿਆ ਜਾਂਦਾ ਹੈ ਅੱਜ। ਭਾਈ ਮਹਿੰਗਾ ਸਿੰਘ ਜੀ ਦਾ ਪਹਿਲਾ ਨਾਂ ਕੁਲਵੰਤ ਸਿੰਘ ਸੀ? ਹਾਂਜੀ, ਭਾਈ ਮਹਿੰਗਾ ਸਿੰਘ ਜੀ ਦਾ ਬਚਪਨ ਦਾ ਨਾਂ ਪਰਿਵਾਰ ਨੇ ਕੁਲਵੰਤ ਸਿੰਘ ਰੱਖਿਆ ਹੋਇਆ ਸੀਗਾ ਜੀ। ਅੱਛਾ, ਅਤੇ ਕੁਲਵੰਤ ਸਿੰਘ ਤੋਂ ਭਾਈ ਮਹਿੰਗਾ ਸਿੰਘ ਬੱਬਰ ਕਿਵੇਂ ਬਣੇ? ਇਹ ਕੁਲਵੰਤ ਸਿੰਘ ਜੀ ਤੋਂ ਜਦੋਂ ਜਥੇਬੰਦੀ ਵਿੱਚ ਆ ਗਏ ਤਾਂ ਜਥੇਬੰਦੀ ਨੇ ਕੁਛ ਸੋਚਿਆ ਹੋਣਾ ਵੀ ਇਹ ਸਾਡੇ ਕੋਲ ਅਨਮੋਲ ਹੀਰਾ ਹੈ, ਕਿਉਂਕਿ ਉਹ ਬਾਣੀ ਸਿਮਰਨ, ਨਾਮ ਸਿਮਰਨ, ਸੇਵਾ ਭਾਵਨਾ। ਜਥੇਬੰਦੀ ਕਿਹੜੀ? ਜਥੇਬੰਦੀ ਅਖੰਡ ਕੀਰਤਨੀ ਜਥੇ, ਅਖੰਡ ਕੀਰਤਨੀ ਜਥੇ ਦੇ ਵਿੱਚ। ਹਾਂਜੀ। ਅੱਛਾ, ਪਹਿਲਾਂ ਤੁਸੀਂ ਦੱਸੋ ਕਿ ਜਨਮ ਕਦੋਂ ਸੀ ਭਾਈ ਸਾਹਿਬ ਦਾ? ਭਾਈ ਸਾਹਿਬ ਦਾ ਜਨਮ 1957 ਜਮੁਨਾ ਨਗਰ ਵਿਖੇ ਹੋਇਆ ਸੀਗਾ ਜੀ। ਅੱਛਾ, ਜਮੁਨਾ ਨਗਰ ਦਾ ਜਨਮ ਸੀ। ਹਾਂਜੀ, ਅਤੇ ਇਸ ਟਾਈਮ ਤੁਸੀਂ ਕਿੱਥੇ ਰਹਿ ਰਹੇ ਵੈਸੇ? ਇਸ ਟਾਈਮ ਅਸੀਂ ਜਮੁਨਾ ਨਗਰ, ਨਵੰਬਰ 84 ਤੋਂ ਦੰਗਿਆਂ ਤੋਂ ਬਾਅਦ ਅਸੀਂ ਖਰੜਾ ਕੇ ਵਸੇਬਾ ਕਰ ਲਿਆ ਇੱਥੇ ਅਸੀਂ, ਸਾਡੀ ਹੁਣ ਕਿ 84 ਦੇ ਵਿੱਚ ਉੱਥੇ ਵੀ ਕਤਲੇਆਮ ਹੋਇਆ? 84 ਵਿੱਚ ਕਤਲੇਆਮ ਸਾਰੇ ਹਿੰਦੁਸਤਾਨ ਵਿੱਚ ਹੋਇਆ ਸੀਗਾ, ਜੋ ਕਿ ਸਰਕਾਰ ਨੇ ਆਪ ਆਪਣੀ ਸੋਚੀ ਸਮਝੀ ਸਾਜ਼ਿਸ਼ ਦੇ ਸਾਜ਼ਿਸ਼ ਨਾਲ ਕੀਤਾ ਕਰਵਾਇਆ ਸੀਗਾ। ਕਿੰਨਾ ਕੁ ਨੁਕਸਾਨ ਭੋਗਣਾ ਪਿਆ ਸਿੱਖਾਂ ਨੂੰ ਉੱਥੇ? ਸਿੱਖਾਂ ਨੂੰ ਤਾਂ ਸਾਰੇ ਹਿੰਦੁਸਤਾਨ ਵਿੱਚ ਹੀ, ਚਾਹੇ ਸਾਡਾ ਜਾਨੀ ਜਾਂ ਮਾਲੀ ਨੁਕਸਾਨ ਉਸ ਟਾਈਮ ਕੋਈ ਨਹੀਂ ਹੋਇਆ, ਲੇਕਿਨ ਜਮੁਨਾ ਨਗਰ ਵਿੱਚ ਵੀ ਕਾਫੀ ਮਤਲਬ ਕਿ ਦੁਕਾਨਾਂ ਨੂੰ ਵੀ ਅੱਗਾਂ ਲਗਾਈਆਂ ਗਈਆਂ, 1-2 ਪੁਰਾਣੀਆਂ ਨੂੰ ਮਤਲਬ ਕਿ ਕਤਲੇਆਮ ਵੀ ਹੋਇਆ ਉਹਨਾਂ ਦਾ, ਨਿਹੱਥਿਆਂ ਦਾ ਔਰ ਬੇਕਸੂਰਿਆਂ ਦਾ। ਜਿਸ ਤਰ੍ਹਾਂ ਪੂਰੇ ਹਿੰਦੁਸਤਾਨ ਵਿੱਚ ਬੇਕਸੂਰਿਆਂ ਦਾ ਕਤਲੇਆਮ ਹੋਇਆ, ਉਸ ਤਰ੍ਹਾਂ ਹੀ ਜਮੁਨਾ ਨਗਰ ਵਿੱਚ ਵੀ ਪੂਰੇ ਹੋਇਆ ਕਤਲੇਆਮ ਹੋਇਆ। ਸੋ ਅਸੀਂ ਸੋਚਿਆ ਵੀ ਇੱਥੇ ਛੱਡਣਾ ਪੈ ਗਿਆ, ਕੋਈ ਇਨਸਾਫ ਜਾਂ ਮਤਲਬ ਕਿ ਕੋਈ ਕਾਨੂੰਨ ਨਾਮ ਦੀ ਚੀਜ਼ ਤਾਂ ਹੈ ਨਹੀਂ, ਜਿਸ ਕੀ ਲਾਠੀ ਉਸ ਕੀ ਬੈਂਸ। ਇਹ ਜਿਸ ਤਰ੍ਹਾਂ ਮਰਜ਼ੀ ਸਾਨੂੰ ਜਿਹੜੇ ਪਾਸੇ ਮਰਜ਼ੀ ਹੱਕ ਲੈਂਦੇ ਹਾਂ, ਜਿਸ ਤਰ੍ਹਾਂ ਮਰਜ਼ੀ ਸਾਡੇ ਨਾਲ ਧੱਕੇਸ਼ਾਹੀ ਕਰ ਲੈਣ, ਛੱਡੋ, ਪਰ ਇੱਥੇ ਪੰਜਾਬ ਵਿੱਚ ਕੋਈ ਆਪਣਾ ਭਾਈਚਾਰਾ ਥੋੜ੍ਹਾ ਜਿਹਾ ਜ਼ਿਆਦਾ ਹੈਗਾ, ਸ਼ਾਇਦ ਹੋ ਸਕਦਾ ਉੱਥੇ ਆ ਕੇ ਕੁਛ ਠੀਕ ਤਰ੍ਹਾਂ ਰਹਿ ਸਕੀਏ, ਪਰ ਪੰਜਾਬ ਵਿੱਚ ਵੀ ਉਹੀ ਹਾਲਾਤ ਹੈ। ਸਰਕਾਰ ਨੇ ਆਪਣੀਆਂ ਮਨ ਮਰਜ਼ੀਆਂ ਕੀਤੀਆਂ ਔਰ ਆਪਣੀਆਂ ਮਨ ਮਰਜ਼ੀਆਂ ਕਰ ਰਹੀ ਹੈ। ਹਾਲਾਤ ਜਮੁਨਾ ਨਗਰ ਅਤੇ ਪੰਜਾਬ ਦੇ ਇੱਕੋ ਜਿਹੇ ਵੇਖੇ ਨੇ ਤੁਸੀਂ? ਕੁਛ ਥੋੜ੍ਹਾ ਜਿਹਾ ਫਰਕ ਸੀਗਾ ਉਸ ਟਾਈਮ, ਜਦੋਂ ਉੱਥੋਂ ਜਮੁਨਾ ਨਗਰ ਤੋਂ ਆਏ ਹਾਂ
ਲੋਕਾਂ ਦੇ ਮਨ ਵਿੱਚ ਸਰਕਾਰ ਪ੍ਰਤੀ ਪੰਜਾਬ ਦੇ ਵਿੱਚ ਵਿੱਚ ਲੋਕਾਂ ਦੇ ਮਨ ਵਿੱਚ ਰੋਸ ਵੀ ਦੇਖਿਆ ਹੈ, ਅੱਜ ਵੀ ਰੋਸ ਹੈ ਲੋਕਾਂ ਦੇ ਮਨਾਂ ਵਿੱਚ, ਲੇਕਿਨ ਉਹਦਾ ਨਾ ਤਾਂ ਕੋਈ ਇਨਸਾਫ ਹੈ ਉਸ ਰੋਸ ਦਾ, ਨਾ ਹੀ ਉਹਨੂੰ ਰੋਸ ਨੂੰ ਸਰਕਾਰਾਂ ਨੇ ਘੱਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਸਰਕਾਰ ਮਤਲਬ ਕਿ ਇਹਨਾਂ ਦਾ ਫਰਜ਼ ਤਾਂ ਵੱਡੇ ਜਿਹੜੇ ਹੁੰਦੇ ਹੈ, ਇਹ ਵੱਡੇ ਤਾਂ ਸਰਕਾਰ ਹੀ ਹੈ, ਵੱਡੇ ਭਰਾ ਦੇ ਤੌਰ 'ਤੇ ਕਹਿ ਲਓ, ਜਿਸ ਤਰ੍ਹਾਂ ਮਰਜ਼ੀ ਕਹਿ ਲਓ ਤੁਸੀਂ। ਬਿਲਕੁਲ, ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦਾ ਜਿਹੜਾ ਸੀ ਐੱਮ ਹੁੰਦਾ ਉਹ ਮਾਈ ਬਾਪ ਹੀ ਕਹਿ ਦਿੰਦੇ ਨਾ, ਸੀ ਐੱਮ ਦਾ ਹਿੰਦੁਸਤਾਨ ਦਾ ਮਾਈ ਬਾਪ ਵੀ, ਪੰਜਾਬ ਦਾ ਵੀ ਮਾਈ ਬਾਪ, ਨਾ ਹਿੰਦੁਸਤਾਨ ਦੀ ਨਾ ਹਿੰਦੁਸਤਾਨ ਦੀ ਸਰਕਾਰ ਨੇ ਸਿੱਖਾਂ ਨਾਲ ਕੋਈ ਗੱਲਬਾਤ ਕਰਕੇ ਕੋਈ ਕੋਸ਼ਿਸ਼ ਕੀਤੀ ਹੈ ਬਈ ਤੁਸੀਂ ਤੁਹਾਡੇ ਕੀ ਗਿਲੇ ਸ਼ਿਕਵੇ ਨੇ, ਕਿਹਾ ਹੈ ਕਿਆ। ਇਹ ਕਹਿ ਸਕਦੇ ਹਾਂ ਕਿ 84 ਦੇ ਜ਼ਖਮ ਅਜੇ ਵੀ ਅੱਲੇ ਆ। 84 ਦੇ ਜਨਮ ਤਾਂ ਜ਼ਖਮ ਤਾਂ ਉਸ ਟਾਈਮ ਤੱਕ ਅੱਲੇ ਰਹਿਣਗੇ ਜਦ ਤੱਕ ਸਿੱਖਾਂ ਦੇ ਵਿੱਚ ਆਖਰੀ ਸਵਾਸ ਹੈ ਸਿੱਖ ਕੌਮ। ਕਿਸੇ ਨੇ ਮਲਮ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਮਲਮ ਲਗਾਉਣੀ ਸੀ ਸਰਕਾਰ ਨੇ, ਸੈਂਟਰ ਸਰਕਾਰ ਨੇ, ਸੈਂਟਰ ਸਰਕਾਰ ਨੇ ਤਾਂ ਮਲਮ ਲਗਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਜ਼ਖਮ ਕੁਰੇਦੇ ਆ, ਇਹ ਕਹਿ ਸਕਦੇ ਆਪਾਂ, ਕੁਰੇਦੇ ਕਹਿ ਸਕਦੇ ਹਾਂ। ਇੱਕ ਦੇਖੋ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ, ਅਸੀਂ ਸੋਚਿਆ ਸ਼ਾਇਦ ਇਹ ਹੋ ਸਕਦਾ ਬਈ ਸਿੱਖਾਂ ਨਾਲ ਕੁਛ ਇਨਸਾਫ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਰਾਜੀਵ ਗਾਂਧੀ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਨਾਲ ਸਮਝੌਤਾ ਕੀਤਾ, ਲਿਖਤੀ ਸਮਝੌਤਾ ਕੀਤਾ। ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਲਿਖਤੀ ਸਮਝੌਤਾ ਕਰਕੇ, ਉਸ ਸਮਝੌਤੇ ਦਾ ਕੀ ਅਸਰ ਹੋਇਆ, ਕਿਆ ਉਸ ਤੋਂ ਇਨਸਾਫ ਮਿਲਿਆ, ਕਿਆ ਸਿੱਖਾਂ ਨਾਲ ਜੋ ਵਾਅਦੇ ਕੀਤੇ ਗਏ ਸੀ ਉਸ ਸਮਝੌਤੇ ਵਿੱਚ ਲਿਖਿਆ ਗਿਆ ਸੀ ਕਿਆ ਪੂਰਾ ਕੀਤਾ ਗਿਆ, ਸਿੱਖਾਂ ਨੂੰ ਕਿਸੇ ਵੀ ਪਾਸੇ ਇਨਸਾਫ। ਉੱਦਾਂ ਤਾਂ ਭਾਈ ਸਾਹਿਬ ਕਹਿੰਦੇ ਕਿ 1947 ਦੇ ਵਿੱਚ ਇੱਕ ਸਮਝੌਤਾ ਹੋਇਆ ਸੀ, ਸਿੱਖ ਇੱਕ ਵੱਖਰੀ ਕੌਮ ਦਾ, ਸਿੱਖਾਂ ਨੂੰ ਆਜ਼ਾਦ ਖਿੱਤਾ ਦਿੱਤਾ ਜਾਊਗਾ, ਤਾਂ ਮਿਲਿਆ ਕਿ ਉਹ ਤੋਂ ਥੋੜ੍ਹੇ ਸਮੇਂ ਬਾਅਦ ਹੀ ਕਹਿ ਦਿੱਤਾ ਕਿ ਜੇ ਤੁਸੀਂ ਤਾਂ ਜਰਾਇਮ ਪੇਸ਼ਾ ਕੌਮ। ਇਸ ਤਰ੍ਹਾਂ 1947 ਤੋਂ ਪਹਿਲੇ ਜਦੋਂ ਬਜ਼ੁਰਗ ਸਾਡੇ ਦੱਸਦੇ ਹੁੰਦੇ ਹਾਂ, ਕਿਉਂਕਿ ਸਾਡਾ ਜਨਮ ਜਿਹੜੇ ਬਜ਼ੁਰਗ ਪਾਕਿਸਤਾਨ ਤੋਂ ਹੀ ਹੋਏ ਆ ਆਏ ਆ। ਪਿਛੋਕੜ ਪਾਕਿਸਤਾਨ, ਪਿਛੋਕੜ ਪਾਕਿਸਤਾਨ ਦਾ, ਪਾਕਿਸਤਾਨ ਵਿੱਚ ਵੀ ਸਾਡਾ ਬਹੁਤ ਅੱਛਾ ਵਪਾਰ ਸੀਗਾ, ਖੇਤੀਬਾੜੀ ਵੀ ਸੀਗੀ, ਖੇਤੀਬਾੜੀ ਵੀ ਕਰਦੇ ਸੀ, ਵਪਾਰ ਵੀ ਬਹੁਤ ਅੱਛਾ ਸੀਗਾ। ਮਾਤਾ ਪਿਤਾ ਉੱਥੋਂ, ਜਦੋਂ ਅਸੀਂ ਭਾਰਤ ਵਰਸ਼ ਨਾਲ ਸਾਡੇ ਸਿਆਸੀ ਬੰਦਿਆਂ ਨੇ, ਲੀਡਰਾਂ ਨੇ ਜੋ ਵੀ ਆਪਣਾ ਭਵਿੱਖ ਜੋੜ ਲਿਆ ਭਾਰਤ ਨਾਲ, ਅਸੀਂ ਰਹਿਣਾ, ਅਸੀਂ ਭਾਰਤ ਵਿੱਚ ਆ ਗਏ, ਛੱਡਤਾ, ਕਤਲੇਆਮ ਨੁਕਸਾਨ ਵੀ ਜਰੇ ਸਭ ਕੁਝ ਜਰਿਆ, ਭਾਰਤ ਵਿੱਚ ਆ ਗਏ। ਆਜ਼ਾਦੀ ਤੋਂ ਪਹਿਲੇ ਕਿਹਾ ਕਰਦੇ ਸੀਗੇ ਜੀ ਅਸੀਂ ਆਪਣਾ ਚਾਬੀਆਂ ਦਾ ਮੋਰਚਾ ਜਿੱਤ ਲਿਆ, ਅਸੀਂ ਆਜ਼ਾਦੀ ਦੀ ਪਹਿਲੀ ਲੜਾਈ ਜਿੱਤ ਲਈ ਹੈ। ਲੇਕਿਨ ਉਹ ਆਜ਼ਾਦੀ ਦੀ ਲੜਾਈ ਦੀਆਂ ਗੱਲਾਂ ਕਿੱਥੇ ਗਈਆਂ, ਜਿਹੜੀ ਅਸੀਂ ਜਿੱਤ ਕੇ ਦਿੱਤੀ ਸੀ, ਜੋ ਅਸੀਂ ਚਾਬੀਆਂ ਦਾ ਮੋਰਚਾ ਜਿੱਤਿਆ ਸੀ, ਉਹ ਕਿੱਥੇ ਗਈ, ਉਹ ਵਾਅਦੇ ਕਿੱਥੇ ਗਏ। ਤੁਹਾਡੀਆਂ 90% ਕੁਰਬਾਨੀਆਂ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਸੀ, ਅਤੇ ਸ਼ਾਇਦ ਉਹ ਸਭ ਕੁਝ ਪਿੱਛੇ ਕਰ ਦਿੱਤਾ ਗਿਆ, ਇਹੋ ਸੋਚਦੇ? ਦੇਖੋ, ਪਹਿਲੇ ਤਾਂ ਗੱਲ ਇਹ ਹੈ, ਆਉਂਦਿਆਂ ਹੀ ਸਾਨੂੰ ਆਜ਼ਾਦੀ ਤੋਂ ਬਾਅਦ ਕਹਿ ਦਿੱਤਾ ਕਿ ਜਰਾਇਮ ਪੇਸ਼ਾ ਕੌਮ। ਸਾਨੂੰ ਦੱਸਿਆ ਤਾਂ ਜਾਵੇ ਅਸੀਂ ਜਰਾਇਮ ਪੇਸ਼ਾ ਵਾਲਾ ਕੰਮ ਕੀ ਕੀਤਾ ਸੀਗਾ, ਸਾਨੂੰ ਅੱਜ ਤੱਕ ਇਹ ਨਹੀਂ ਪਤਾ ਲੱਗਿਆ। ਸਾਨੂੰ ਜਰਾਇਮ ਪੇਸ਼ਾ ਦਾ ਖਿਤਾਬ ਤਾਂ ਦੇ ਦਿੱਤਾ ਗਿਆ, ਲੇਕਿਨ ਜਰਾਇਮ ਪੇਸ਼ਾ ਵਾਲਾ ਅਸੀਂ ਕੰਮ ਕੀ ਕੀਤਾ ਸੀਗਾ। ਸ਼ਾਇਦ ਭਾਈ ਸਾਹਿਬ ਨੇ ਇਹ ਨਹੀਂ ਵੇਖਿਆ ਕਿ ਸਾਡੇ 'ਤੇ ਬਾਬੇ ਨਾਨਕ ਨੇ ਹੋਕਾ ਦਿੱਤਾ ਸੀ, ਜਿਹਦੇ 'ਤੇ ਅਜੇ ਵੀ ਅਮਲ ਕੀਤਾ ਜਾ ਰਿਹਾ, ਕਿਰਤ ਕਰੋ, ਨਾਮ ਜਪੋ ਅਤੇ ਵੰਡ ਕੇ ਛਕੋ, ਜਿਹਦੇ 'ਤੇ ਅਜੇ ਵੀ ਅਮਲ ਕੀਤਾ ਜਾ ਰਿਹਾ, ਅਤੇ ਬਾਹਰਲੇ ਦੇਸ਼ 'ਤੇ ਅਜੇ ਉਦਾਹਰਣਾਂ ਦੇ ਰਹੇ ਆ, ਕਿਉਂਕਿ ਕਰੋਨਾ ਕਾਲ ਵੇਲੇ ਜੋ ਕੁਛ ਹਾਲਾਤ ਹੋਏ, ਸਿੱਖ ਬਾਹਰ ਨਿਕਲਿਆ ਅਤੇ ਬਾਹਰਲੇ ਦੇਸ਼ ਕਹਿੰਦੇ ਕਿ ਹਰ ਗਲੀ ਦੇ ਵਿੱਚ ਗੁਰਦੁਆਰਾ ਸਾਹਿਬ ਸ਼ਹਿਰ ਦੇ ਵਿੱਚ ਬਾਜ਼ਾਰ ਦੇ ਵਿੱਚ ਹੋਣਾ ਚਾਹੀਦਾ, ਜਿੱਥੇ ਗੁਰਦੁਆਰਾ ਸਾਹਿਬ ਅਤੇ ਸਿੱਖਾਂ ਦੀ ਵਸੋਂ ਹੋਵੇ, ਕਿਉਂਕਿ ਤੁਸੀਂ ਸੰਭਾਲ ਲੈਂਦੇ ਹੋ ਸਾਰਿਆਂ ਨੂੰ। ਦੇਖੋ, ਆਪਾਂ ਗੁਰੂ ਨਾਨਕ ਦੇਵ ਜੀ ਦੀ ਗੱਲ ਹੁਣ ਤੁਸੀਂ ਕੀਤੀ ਹੈ, ਗੁਰੂ ਨਾਨਕ ਦੇਵ ਜੀ ਦੀ ਗੱਲ ਕਰੀਏ ਅਸੀਂ, ਜਦੋਂ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਹੋਇਆ, ਪਰਮਾਤਮਾ ਨੇ ਉਹਨਾਂ ਨੂੰ ਇਸ ਸਮਾਜ ਵਿੱਚ ਸੁਧਾਰ ਕਰਨ ਲਈ ਭੇਜਿਆ ਸੀਗਾ ਗੁਰੂ ਨਾਨਕ ਦੇਵ ਜੀ ਨੂੰ। ਜਦੋਂ ਆਪਾਂ ਗੁਰੂ ਨਾਨਕ ਦੇਵ ਜੀ ਦੀ ਗੱਲ ਕਰ ਰਹੇ ਹਾਂ, ਗੁਰੂ ਨਾਨਕ ਦੇਵ ਜੀ ਨੇ ਜਿੱਥੇ ਵੀ ਗਏ ਹੈ, ਉਹਨਾਂ ਨੇ ਇਨਕਲਾਬੀ ਸੋਚ ਸੀਗੀ, ਸੱਚ ਦਾ ਪ੍ਰਚਾਰ ਕਰਨ ਲਈ ਪਰਮਾਤਮਾ ਦੇ ਘਰ ਤੋਂ ਉਹਨਾਂ ਨੂੰ ਗੁਰਿਆਈ ਬਖਸ਼ੀ ਸੀਗੀ, ਸੱਚ ਦਾ ਹੀ ਉਹਨਾਂ ਨੇ ਪ੍ਰਚਾਰ ਕੀਤਾ, ਝੂਠ ਨੂੰ ਉਹਨਾਂ ਨੇ ਨਕਾਰਿਆ, ਫਰੇਬ ਨੂੰ ਨਕਾਰਿਆ ਉਹਨਾਂ ਨੇ, ਪਖੰਡ ਨੂੰ ਨਕਾਰਿਆ ਉਹਨਾਂ ਨੇ। ਜੇ ਹਰਿਦੁਆਰ ਗਏ ਹੈ, ਜਿੱਥੇ ਕਹਿੰਦੇ ਸੀ ਵੀ ਸਾਡੇ ਅਸੀਂ ਆਪਣੇ ਪੁਰਖਾਂ ਨੂੰ ਪਾਣੀ ਦੇ ਰਹੇ ਹਾਂ, ਗੁਰੂ ਨਾਨਕ ਦੇਵ ਜੀ ਨੇ ਦੂਸਰੇ ਪਾਸੇ ਮੂੰਹ ਕਰਕੇ, ਕਰਤਾਰਪੁਰ ਵਾਲੇ ਪਾਸੇ ਮੂੰਹ ਕਰਕੇ, ਉੱਧਰ ਮੇਰੀ ਖੇਤੀ ਆ, ਜਦੋਂ ਉਹਨਾਂ ਨੇ ਪੁੱਛਿਆ ਇੱਧਰ, ਉਹਨਾਂ ਨੇ ਦਲੀਲ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ
ਜਿਹੜਾ ਇਹ ਸੋਚ ਸੀਗੀ ਮੈਨੂੰ ਉਹਦੀ ਇਹ ਸਮਝ ਇਹਨਾਂ ਦੀ ਆਪਣੀਆਂ ਦੁਕਾਨਦਾਰੀਆਂ ਬੰਦ ਹੁੰਦੀਆਂ। ਇਹ ਦਵਿੰਦਰ ਸਿੰਘ ਜੀ ਇਨਕਲਾਬੀ ਸੋਚ ਤਾਂ ਹੁਣ ਵੀ ਕਿਹਾ ਜਾਂਦਾ ਕਿ ਇਨਕਲਾਬੀ ਸੋਚ ਹੀ ਆ, ਸਰਕਾਰਾਂ ਜਦੋਂ ਬਣਦੀਆਂ ਉਦੋਂ ਇਨਕਲਾਬ ਦੀਆਂ ਗੱਲਾਂ ਹੁੰਦੀਆਂ। ਇਹ ਸਰਕਾਰਾਂ ਗੱਲਾਂ ਹੋਰ ਕਰਦੀਆਂ, ਲੇਕਿਨ ਸਰਕਾਰਾਂ ਦਾ ਇੱਕੋ ਹੀ ਮਕਸਦ ਹੈ, ਚਾਹੇ ਤੁਸੀਂ ਕਿਸੇ ਵੀ ਦੇਸ਼ ਦੀ ਲੈ ਲਓ, ਇੱਥੇ ਕੋਈ ਸਰਕਾਰ ਆ ਜਾਵੇ, ਇਹਨਾਂ ਦਾ ਟੀਚਾ ਇੱਕੋ ਹੀ ਹੈ, ਸਿੱਖ ਕੌਮ ਨੂੰ ਕਿਸ ਤਰ੍ਹਾਂ ਦਬਾਉਣਾ ਔਰ ਕਿਸ ਤਰ੍ਹਾਂ ਨਾਲ ਉਹਨੂੰ ਨੀਵੇਂ ਰੱਖਣਾ, ਝੁਕਾ ਕੇ ਰੱਖਣਾ, ਆਪਣੇ ਅਧੀਨ ਰੱਖਣਾ। ਸੋ ਇਹ ਸੋਚਾਂ ਸਰਕਾਰਾਂ ਨੂੰ ਆਪਣੀਆਂ ਠੀਕ ਨਹੀਂ, ਠੀਕ ਕਰਨੀਆਂ ਪੈਣਗੀਆਂ। ਸਿੱਖਾਂ ਨੇ ਕਦੀ ਵੀ ਇਹ ਕਹਿੰਦੇ ਵੀ ਸਿੱਖ ਜੇ ਸਿੱਖ ਮੰਗ ਕਹਿ ਦਿੰਦੇ ਆ ਜੀ ਪੰਜਾਬੀ ਸੂਬੇ ਦੀ, ਸਿੱਖ ਲਗਾਓ ਵੱਧਦੀ ਹੈ ਜੇ ਸਿੱਖ, ਮਤਲਬ ਕੁਛ ਨਹੀਂ ਹੈਗਾ ਇਹਨਾਂ ਕੋਲ, ਸਿਰਫ ਇਹੀ ਕਹਿ ਦੇਣਾ ਸਿੱਖ ਲਗਾਓ ਵੱਧਦੀ ਹੈ ਜੀ, ਸਿੱਖ ਤਾਂ ਦੇਸ਼ ਨੂੰ ਤੋੜਨਾ ਚਾਹੁੰਦੇ ਆ। ਜੇ ਪੰਜਾਬੀ ਸੂਬੇ ਦੀ ਗੱਲ ਕਰ, ਜੇ ਅਸੀਂ ਸਾਰੇ ਦੇਸ਼ ਲਈ ਵੱਧ ਅਧਿਕਾਰਾਂ ਦੀ ਗੱਲ ਕਰਦੇ ਹਾਂ, ਸਾਡੇ ਲੀਡਰ ਕਰਦੇ ਹਾਂ, ਤਾਂ ਕਹਿੰਦੇ ਸਿੱਖ ਲਗਾਓ ਵੱਧਦੀ ਹੈ। ਸਿੱਖਾਂ ਨੂੰ ਆਵਾਜ਼ ਉਠਾਉਣ ਦਾ ਵੀ ਕੋਈ ਅਧਿਕਾਰ ਨਹੀਂ ਹੈਗਾ, ਇਹ ਜਿਹੜੀ ਮਰਜ਼ੀ ਉਹ ਅੱਜ ਕੱਲ੍ਹ ਤੁਸੀਂ ਦੇਖਿਆ ਹੋਣਾ ਕਿਹੜਾ ਉਹ ਸੰਤ ਜੀ ਇਹਨਾਂ ਦੇ ਹੈ, ਅਸੀਂ ਕਿਸੇ ਦੇ ਬਰਖਿਲਾਫ਼ ਨਹੀਂ ਹੈਗੇ, ਅਸੀਂ ਕਿਸੇ ਸੰਤ ਦੇ ਬਰਖਿਲਾਫ਼ ਜੋ ਮਰਜ਼ੀ ਬੋਲਣ, ਲੇਕਿਨ ਬੋਲਣ ਦਾ ਅਧਿਕਾਰ ਸਾਨੂੰ ਨਹੀਂ ਹੈਗਾ। ਹਿੰਦੂ ਰਾਸ਼ਟਰ ਦੀ ਗੱਲ ਕਰਦਾ ਜਿਹੜਾ, ਹਾਂ ਹਾਂ ਹਿੰਦੂ ਰਾਸ਼ਟਰ ਤੋਂ ਵਾਲੇ ਬਾਬੇ ਦੀ ਨਹੀਂ ਗੱਲ ਕਰ ਰਹੇ, ਉਹਨਾਂ ਦੀ ਮੈਂ ਗੱਲ ਕਰ ਰਿਹਾ, ਨਾਮ ਮੇਰੇ ਧਿਆਨ 'ਚ ਨਹੀਂ ਆ ਰਿਹਾ, ਇਹ ਚੱਲਦਾ ਵੀ ਅਖਬਾਰਾਂ ਵਿੱਚ। ਇੰਗਲੈਂਡ ਦੇ ਵਿੱਚ ਇੱਕ ਜਗ੍ਹਾ ਹੈਗੀ ਹੈ ਐਸੀ ਜਿੱਥੇ ਨਾ ਕੋਈ ਵੀ ਜਾ ਕੇ ਕੁਛ ਬੋਲੇਗਾ, ਉੱਥੇ ਉਹਦਾ ਇਹ ਹੈਗਾ ਵੀ ਤੁਸੀਂ ਕੁਛ ਵੀ ਬੋਲੋਗੇ ਨਾ ਤੁਹਾਡੇ 'ਤੇ ਕੋਈ ਉਹ ਨਹੀਂ ਆਏਗਾ, ਉਹਨਾਂ ਦੀ ਆਵਾਜ਼ ਪਾਰਲੀਮੈਂਟ ਤੱਕ ਪਹੁੰਚੇਗੀ। ਇੱਥੇ ਤਾਂ ਤੁਸੀਂ ਜਿੰਨਾ ਮਰਜ਼ੀ ਕਹਿ ਲਓ, ਕਿਸੇ 'ਤੇ ਕੰਨ 'ਤੇ ਜੂ ਨਹੀਂ ਸਰਕਦੀ, ਕਿਸੇ ਨੂੰ ਕੋਈ ਅਸਰ ਨਹੀਂ ਹੈਗਾ, ਸਿਰਫ ਇੱਕੋ ਹੀ ਟੀਚਾ ਹੈ ਕਿਸ ਤਰ੍ਹਾਂ ਕੋਈ ਵੀ ਸਰਕਾਰ ਆ ਜਾਵੇ। ਇਹ ਨਹੀਂ ਵੀ ਮਤਲਬ ਕਾਂਗਰਸ ਸਰਕਾਰ, ਕਾਂਗਰਸ ਸਰਕਾਰ ਨੇ ਦੇਖੋ ਤੁਹਾਡੇ ਸਾਹਮਣੇ ਅਸੀਂ ਸੋਚਿਆ ਸੀਗਾ ਸ਼ਾਇਦ ਇਹ ਰਾਜੀਵ ਗਾਂਧੀ ਨੇ ਸਮਝੌਤਾ ਕਰ ਲਿਆ, ਸ਼ਾਇਦ ਇਹਨਾਂ ਦੀ ਸੋਚ ਬਦਲ ਗਈ ਹੈ, ਲੇਕਿਨ ਉਹ ਸੋਚ ਕਿੱਥੇ ਗਈ, ਉਹ ਸਮਝੌਤੇ ਕਿੱਥੇ ਗਏ? ਸਿੱਖਾਂ ਦੇ ਕਤਲੇਆਮ ਦਾ ਜਿਹੜਾ ਇੰਨਾ ਵੱਡਾ ਕਤਲੇਆਮ ਇਹਨਾਂ ਨੇ ਆਪ ਕਰਾਇਆ ਸੀ, ਇਨਸਾਫ਼ ਕੀ ਦੇਣਾ ਸੀ? ਅੱਜ ਇੰਨੇ ਸਾਲ ਹੋ ਗਏ ਇਨਸਾਫ਼ ਦੇਖਦੇ ਹਾਂ, ਕੋਈ ਇਨਸਾਫ਼ ਨਹੀਂ ਹੈਗਾ। ਆਪਾਂ ਭਾਈ ਮਹਿੰਗਾ ਸਿੰਘ ਦੀ ਗੱਲ ਕਰ ਰਹੇ ਸੀ, ਹਾਂਜੀ, ਕੁਲਵੰਤ ਸਿੰਘ, ਹਾਂਜੀ, ਤੋਂ ਮਹਿੰਗਾ ਸਿੰਘ ਕਿਵੇਂ ਬਣਿਆ ਭਾਈ ਸਾਹਿਬ? ਇਹ 1977 ਤੋਂ ਕੁਛ ਸਮਾਂ ਪਹਿਲੇ ਹੀ ਪਰਿਵਾਰ ਨੂੰ ਛੱਡ ਕੇ ਆ ਗਏ ਸੀਗੇ ਇਹਨਾਂ ਨੇ, ਕਿਉਂਕਿ ਸਾਡਾ ਪਰਿਵਾਰ ਜਿਹੜਾ ਨਾ ਸ਼ੁਰੂ ਤੋਂ ਹੀ ਧਾਰਮਿਕ ਬਿਰਤੀ ਵਾਲਾ ਰਿਹਾ। ਮੈਂ ਤੁਹਾਡੀਆਂ ਗੱਲਾਂ ਤੋਂ ਇਹ ਅੰਦਾਜ਼ਾ ਲਗਾ ਰਿਹਾ ਸੀ ਕਿ ਜੇ ਮੈਂ ਬਾਬੇ ਨਾਨਕ ਦੀ ਗੱਲ ਕੀਤੀ, ਤੁਸੀਂ ਉਹ ਵੀ ਸਾਖੀ ਸੁਣਾਤੀ ਆ। ਹਾਂਜੀ, ਅਤੇ ਧਾਰਮਿਕ ਬਿਰਤੀ ਇੱਕ ਤੁਸੀਂ ਮੈਨੂੰ ਪਹਿਲਾਂ ਦੱਸਿਆ ਸੀ ਕਿ ਸ਼ਾਇਦ ਪ੍ਰਿੰਸੀਪਲ ਸਤਵੀਰ ਸਿੰਘ ਜੀ, ਪ੍ਰਿੰਸੀਪਲ ਸਤਵੀਰ ਸਿੰਘ ਜੀ ਵੀ ਸਾਡੇ ਨਾਨਕੇ ਪਰਿਵਾਰ 'ਚੋਂ ਆਏ ਆ, ਭਾਈ ਬੰਨੋ ਜੀ ਜਿਹੜੇ ਗੁਰੂ ਅਰਜਨ ਦੇਵ ਜੀ ਦੇ ਟਾਈਮ ਦੇ ਜਦੋਂ ਪੁੱਛਿਆ ਗਿਆ ਸੀਗਾ ਗੁਰੂ ਅਰਜਨ ਦੇ ਤੁਹਾਡੇ ਪੁਰੋਹਿਤ ਕੌਣ ਹਨ, ਤਾਂ ਗੁਰੂ ਅਰਜਨ ਦੇਵ ਜੀ ਹਮਰਾ ਪੁਰੋਹਿਤ ਭਾਈ ਬੰਨੋ ਜੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜਿਲਤਾਂ ਵੀ ਬੰਨੀਆਂ ਔਰ ਗੁਰੂ ਮਹਾਰਾਜ ਨੇ ਅਰਜਨ ਦੇਵ ਜੀ ਨੇ ਉਹਨਾਂ ਨੂੰ ਮਤਲਬ ਕਿ ਆਪਣਾ ਕਿਹਾ ਵੀ ਸੀ ਕਿ ਤੁਸੀਂ ਸਿੱਖੀ ਦਾ ਪ੍ਰਚਾਰ ਕਰਨਾ, ਸਿੱਖੀ ਦਾ ਆਪਣਾ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਹੈਗੇ ਤਿਆਰ ਕਰੋ, ਸੰਗਤਾਂ ਵਿੱਚ ਕਰੋ, ਇਹਨਾਂ ਨੂੰ ਮਤਲਬ ਪਹੁੰਚਾਓ, ਸੰਗਤਾਂ ਤੱਕ ਪਹੁੰਚਾਓ। ਅੱਛਾ, ਉਹ ਸੰਭਾਲ ਜਿਹੜੀ ਸੀ ਭਾਈ ਬੰਨੋ ਜੀ ਨੂੰ ਦਿੱਤੀ ਗਈ ਸੀ? ਹਾਂ, ਉਹ ਸੇਵਾ ਸੰਭਾਲ ਭਾਈ ਬੰਨੋ ਜੀ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਸ ਟਾਈਮ ਦਿੱਤੀ ਸੀਗੀ ਜੀ। ਅਤੇ ਉਹ ਪਰਿਵਾਰ ਨਾਲ ਰਿਲੇਸ਼ਨ ਕਿਵੇਂ? ਸਾਡੇ ਪਰਿਵਾਰ ਵਿੱਚ ਭਾਈ ਬੰਨੋ ਜੀ ਮਾਨੋ ਚੱਕ ਸਾਡੇ ਪਰਿਵਾਰ ਵਿੱਚ ਨਾ ਵਿਆਹੇ ਹੋਏ ਸੀਗੇ, ਨਾਨਕੇ ਪਰਿਵਾਰ 'ਚ ਭਾਈ ਬੰਨੋ ਜੀ, ਉਹੀ ਅਸਰ ਸੀਗਾ ਸਾਡੇ 'ਤੇ, ਮਤਲਬ ਕਿ ਸਾਰਾ ਪਰਿਵਾਰ ਹੀ ਗੁਰਸਿੱਖ ਆ ਫਿਰ ਭਾਈ ਮਹਿੰਗਾ ਸਿੰਘ ਜੀ ਦਾ? ਹਾਂ, ਸਾਰਾ ਪਰਿਵਾਰ ਗੁਰਸਿੱਖ ਹੈ, ਕੋਈ ਮਤਲਬ ਕਿ ਕੇਸ ਕਤਲ ਕੋਈ ਨਹੀਂ ਕਰਦਾ ਹੈਗਾ, ਸਭ ਗੁਰੂ ਨਾਲ ਗੁਰਬਾਣੀ ਨਾਲ ਜੁੜਿਆ ਹੋਇਆ ਪਰਿਵਾਰ ਹੈ। ਕੁਲਵੰਤ ਸਿੰਘ ਤੋਂ ਭਾਈ ਮਹਿੰਗਾ ਸਿੰਘ, ਉਹਦੇ ਬਾਰੇ ਦੱਸ ਦਿਓ ਕਿਵੇਂ? ਕੁਲਵੰਤ ਸਿੰਘ ਤੋਂ ਇਹ ਤਾਂ ਜਥੇਬੰਦੀ ਨੇ ਮਹਿੰਗਾ ਸਿੰਘ ਨਾਮ ਰੱਖਿਆ ਸੀਗਾ, ਜਥੇਬੰਦੀ ਨੇ ਜਥੇਬੰਦੀ ਅਖੰਡ ਕੀਰਤਨੀ ਜਥੇ ਅਖੰਡ ਕੀਰਤਨੀ ਜਥੇ ਸਮਝ ਲਓ, ਇਹ ਬੱਬਰ ਖਾਲਸਾ ਜਥੇਬੰਦੀ ਜਦੋਂ ਬਣੀ ਇਹਨਾਂ ਦਾ ਸਮਝ ਲਓ, ਇਹਨਾਂ ਨੇ ਦੇਖਿਆ ਬਈ ਇਹ ਤਾਂ ਅਨਮੋਲ ਹੀ ਰਹਿ, ਕਿਉਂਕਿ ਕਾਫੀ ਸੇਵਾ ਕਰਿਆ ਕਰਦੇ ਸੀ ਜਥੇਬੰਦੀ ਵਿੱਚ ਰਹਿ ਕੇ ਨਾ, ਨਾਮ ਸਿਮਰਨ ਵੀ ਇਹਨਾਂ ਦਾ ਸੀਗਾ, ਨਾਮ ਸਿਮਰਨ ਵੀ ਬਹੁਤ ਕਰਿਆ ਕਰਦੇ ਸੀਗੇ। ਪਰਿਵਾਰ ਤੋਂ ਇਹ ਕੋਈ ਇਹਨਾਂ ਦਾ ਮੋਹ ਨਹੀਂ ਸੀਗਾ ਪਰਿਵਾਰ ਨਾਲ ਇਹਨਾਂ ਦਾ, ਕਿਉਂਕਿ ਪਰਿਵਾਰ ਨਾਲ ਇਹਨਾਂ ਨੇ ਮੋਹ ਛੱਡਤਾ ਸੀਗਾ, ਸਾਨੂੰ ਵੀ ਕੋਈ ਜ਼ਿਆਦਾ ਇੰਨਾ ਮਿਲਦੇ ਜੁਲਦੇ ਨਹੀਂ ਸੀਗੇ, ਕਿਉਂਕਿ ਕਹਿੰਦੇ ਸੀ ਮੇਰਾ ਪਰਿਵਾਰ ਤਾਂ ਖਾਲਸਾ ਪੰਥ ਹੈ, ਖਾਲਸਾ ਪੰਥ ਲਈ ਮੈਂ ਮਤਲਬ ਕਿ ਕਰਨਾ ਜੋ ਕੁਛ ਵੀ ਕਰਨਾ। ਜਦੋਂ ਇਹਨਾਂ ਨੂੰ ਮੈਂ ਕਿਹੜੀ ਸੰਨ 'ਚ ਦੱਸ ਦਿਓ ਜਦੋਂ ਅਖੰਡ ਕੀਰਤਨ ਜਿੱਥੇ ਜਾਏ ਸੀ, ਸੰਨ ਕਿਹੜੀ ਸੀ?
ਇਹ ਖੱਟ ਕੇ 1977 ਤੋਂ ਪਹਿਲੇ ਹੀ ਆ ਗਏ ਸੀ ਖੰਡ ਕੀਰਤੀ ਜਸੇ ਨਾਲ ਸੰਬੰਧ ਜਮਨਾ ਨਗਰ 57 ਦੇ ਵਿੱਚ ਤੇ ਜਨਮ ਹੋਇਆ 57 70 20 ਸਾਲ ਤੋਂ ਪਹਿਲਾਂ ਦੀ ਉਮਰ ਜਿਹੜੀ ਸੀ ਉਹਨਾਂ ਨੇ ਆਣ ਪੜ੍ਹਾਈ ਕਰਦੇ ਰਹੇ ਪੜ੍ਹਾਈ ਕਰਨ ਤੋਂ ਬਾਅਦ ਇਹ ਮਤਲਬ ਕਿ ਇਹਨਾਂ ਨੇ ਕੰਮ ਕਰਨਾ ਸ਼ੁਰੂ ਕਰਤਾ ਵੈਲਡਿੰਗ ਦਾ ਕੰਮ ਸ਼ੁਰੂ ਕਰਤਾ ਸਾਡੇ ਮਾਮਾ ਜੀ ਕੋਲ ਦੀ ਵਰਕਸ਼ਾਪ ਸੀਗੀ ਉੱਥੇ ਵੈਲਡਿੰਗ ਦਾ ਕੰਮ ਕਰਦੇ ਰਹੇ ਉਸ ਤੋਂ ਬਾਅਦ ਫਿਰ ਇਹਨਾਂ ਦਾ ਜਦੋਂ ਸਰਕਾਰ ਨੇ ਸੋਚੀ ਸਮਝੀ ਸਾਜ਼ਿਸ਼ ਅਧੀਨ ਜਦੋਂ ਗੁਰਬਾਣੀ ਦਾ ਨਿਰਾਦਰ ਕਰਾਉਣਾ ਸ਼ੁਰੂ ਕਰਤਾ ਤਾਂ ਉਹ ਇਹਨਾਂ ਨੇ ਸੋਚਿਆ ਇਹ ਕਿਆ ਹੈ ਕਿਉਂ ਨਿਰਾਦਰ ਹੁੰਦਾ ਗੁਰਬਾਣੀ ਦਾ ਉਹਨਾਂ ਦਾ ਵਿਰੋਧ ਕੀਤਾ ਸਮਝਾਇਆ ਵੀ ਉਹਨਾਂ ਨੂੰ ਲੇਕਿਨ ਉਹ ਸਮਝੇ ਨਹੀਂ ਕਿਉਂਕਿ ਸਰਕਾਰ ਦੀ ਸ਼ੈ ਸੀਗੀ ਪਿੱਛੇ ਸੋ ਉਹਨਾਂ ਨੇ ਵਿਰੋਧ ਕੀਤਾ ਫਿਰ ਇਹਨਾਂ ਨੇ ਇੱਕ ਭਾਈ ਅਮਰ ਸਿੰਘ ਜੀ ਸੀਗੇ ਜਗਾਦਰੀ ਉਹਨਾਂ ਦੀ ਵਰਕਸ਼ਾਪ ਸੀਗੀ ਉੱਥੇ ਉਹਨਾਂ ਦੀ ਫੈਕਟਰੀ ਵਿੱਚ ਇੱਕ ਕੰਮ ਕਰਦੇ ਰਹੇ ਬਰਤਨ ਫੈਕਟਰੀ 'ਚ ਕਿਹੜੀ ਜਗ੍ਹਾ ਸੀ ਉਹ ਜਗਾਦਰੀ ਜਮਨਾ ਨਗਰ ਨਾਲ ਹੀ ਹੈ ਉੱਥੇ ਉਹਨਾਂ ਦੀ ਫੈਕਟਰੀ 'ਚ ਕੰਮ ਕਰਦੇ ਰਹੇ ਉੱਥੋਂ ਫਿਰ ਇਹਨਾਂ ਦਾ ਸੰਬੰਧ ਜ਼ਿਆਦਾ ਅਖੰਡ ਕੀਰਤਨ ਅਖੰਡ ਕੀਰਤਨ ਨਾਲ ਉਸ ਤੋਂ ਬਾਅਦ ਫਿਰ ਇਹਨਾਂ ਦਾ ਸੰਬੰਧ ਜਿਹੜਾ ਅਖੰਡ ਕੀਰਤਨ ਸ਼ੁਰੂ ਤੋਂ ਬਿਰਤੀ ਧਾਰਮਿਕ ਸੀ ਧਾਰਮਿਕ ਬਿਰਤੀ ਸੀਗੀ ਜੀ ਕੋਈ ਮਤਲਬ ਇਸ ਤਰ੍ਹਾਂ ਨਹੀਂ ਸ਼ੁਰੂ ਤੋਂ ਹੀ ਧਾਰਮਿਕ ਕਿਉਂਕਿ ਪਰਿਵਾਰ ਹੀ ਧਾਰਮਿਕ ਜੁੜਿਆ ਹੋਇਆ ਪਰਿਵਾਰ ਨੂੰ ਸਾਰਾ ਦੇਖੋ ਪ੍ਰਿੰਸੀਪਲ ਸਤਵੀਰ ਸਿੰਘ ਜੀ ਉਹਨਾਂ ਦਾ ਕਿੰਨਾ ਵੱਡਾ ਉਹ ਹੈਗਾ ਭਾਈ ਬੰਨੋ ਜੀ ਦਾ ਕਿੰਨਾ ਵੱਡਾ ਯੋਗਦਾਨ ਹੈਗਾ ਪੰਥ ਪ੍ਰਤੀ ਉਹਨਾਂ ਨੇ ਵੀ ਪ੍ਰਿੰਸੀਪਲ ਸਤਵੀਰ ਸਿੰਘ ਨੇ ਬਹੁਤ ਕਿਤਾਬਾਂ ਲਿਖੀਆਂ ਉਹਨਾਂ ਨਾਲ ਵੀ ਵਿਚਰਦੇ ਹੁੰਦੇ ਸੀ ਕਿ ਉਸ ਨੂੰ ਅਸਰ ਤਾਂ ਪੈਂਦਾ ਹੀ ਹੈ ਜੀ ਉਸ ਅਤੇ ਫਿਰ ਜਦੋਂ ਅਖੰਡ ਕੀਰਤਨੀ ਜਥੇ ਜਾ ਜਾਂਦੇ ਆ ਭਾਈ ਮਹਿੰਗਾ ਸਿੰਘ ਭਾਈ ਕੁਲਵੰਤ ਸਿੰਘ ਮਹਿੰਗਾ ਸਿੰਘ ਬੱਬਰ ਬਣ ਜਾਂਦੇ ਆ ਉਹ ਤੋਂ ਬਾਅਦ ਪਰਿਵਾਰ ਨਾਲ ਕਿੰਨਾ ਕੁ ਮਿਲਣ ਵਰਤਣ ਰਿਹਾ ਜਦੋਂ ਫੈਕਟਰੀ ਤੋਂ ਬਾਅਦ ਇਹਨਾਂ ਨੇ ਵਿਰੋਧ ਉੱਥੇ ਕਰਨਾ ਸ਼ੁਰੂ ਕੀਤਾ ਉਸ ਤੋਂ ਬਾਅਦ ਇਹ ਫਿਰ ਘਰ ਪਰਿਵਾਰ ਛੱਡ ਕੇ ਸਾਰਾ ਇੱਥੇ ਪੰਜਾਬ 'ਚ ਆ ਗਏ ਸੀਗੇ ਪਰਿਵਾਰ ਨਾਲ ਇਹਨਾਂ ਦਾ ਮੈਂ ਵੀ ਕਈ ਸਾਲ ਪਹਿਲੇ ਜਮਨਾ ਨਗਰ ਤੋਂ ਛੱਡ ਕੇ ਉੱਥੇ ਮੱਧ ਪ੍ਰਦੇਸ਼ ਰਿਹਾ ਕਾਰੋਬਾਰ ਦੇ ਸੰਬੰਧ ਵਿੱਚ ਅਤੇ ਮੇਰੇ ਨਾਲ ਉਸ ਤੋਂ ਪਹਿਲੇ ਸਭ ਕਾਫੀ ਮੇਲ ਜੋਲ ਨਹੀਂ ਹੋਇਆ ਜਦੋਂ ਮੈਂ ਉੱਥੋਂ ਆਇਆ ਆਪਣਾ ਮੱਧ ਪ੍ਰਦੇਸ਼ ਤੋਂ ਉਸ ਤੋਂ ਪਹਿਲੇ ਹੀ ਇਹ ਮਤਲਬ ਕਿ ਇੱਧਰ ਆ ਗਏ ਹੋਏ ਸੀਗੇ ਆਪਣਾ ਪੰਜਾਬ 'ਚ ਆ ਗਏ ਹੋਏ ਸੀਗੇ ਇੱਥੇ ਫਿਰ ਜ਼ਿਆਦਾ ਸਮਾਂ ਉਹਨਾਂ ਨੇ ਕਿੱਥੇ ਬਿਤਾਇਆ ਇਹ ਜਦੋਂ ਦਰਬਾਰ ਸਾਹਿਬ ਆਏ ਹੈ ਫਿਰ ਇਹਨਾਂ ਦਾ ਸੰਬੰਧ ਇੱਥੇ ਆ ਕੇ ਭਾਈ ਫੌਜਾ ਸਿੰਘ ਜੀ ਨਾਲ ਹੋਇਆ ਭਾਈ ਫੌਜਾ ਸਿੰਘ ਜੀ ਨਾਲ ਮਤਲਬ ਸੰਬੰਧ ਉੱਥੇ ਕਿਉਂਕਿ ਅਖੰਡ ਕੀਰਤੀ ਜਥੇ ਨਾਲ ਤਾਂ ਇਹਨਾਂ ਦਾ ਉੱਥੇ ਉਹ ਅਮਰ ਸਿੰਘ ਜੀ ਨਾਲ ਸੰਬੰਧ ਹੋਣ ਕਰਕੇ ਵਿਚਰਨ ਕਰਕੇ ਫਿਰ ਇਹਨਾਂ ਦਾ ਮੇਲ ਮਿਲਾਪ ਥੋੜ੍ਹਾ ਬਹੁਤਾ ਹੋਣਾ ਸ਼ੁਰੂ ਹੋ ਗਿਆ ਸੀਗਾ ਜਥੇਬੰਦੀ ਨਾਲ ਅਤੇ ਉਸ ਤੋਂ ਬਾਅਦ ਫਿਰ ਇਹ ਆ ਗਏ ਪੰਜਾਬ 'ਚ ਪੰਜਾਬ 'ਚ ਆ ਕੇ ਭਾਈ ਫੌਜਾ ਸਿੰਘ ਜੀ ਉਹਨਾਂ ਨਾਲ ਸੰਬੰਧ ਰਿਹਾ ਇਹਨਾਂ ਦਾ ਸੁਖਦੇਵ ਸਿੰਘ ਜੀ ਜੋ ਮਤਲਬ ਅੱਜ ਕਿਤਾਬਾਂ ਵਿੱਚ ਵੀ ਹੈ ਮਤਲਬ ਕਿ ਸਾਨੂੰ ਇੰਨਾ ਪਤਾ ਨਹੀਂ ਸੀਗਾ ਇਹਨਾਂ ਦਾ ਸੰਬੰਧ ਉਹਨਾਂ ਨਾਲ ਹੈ ਜਾਂ ਨਹੀਂ ਹੈ ਸਾਨੂੰ ਪਤਾ ਨਹੀਂ ਸੀਗਾ ਲੇਕਿਨ ਅੱਜ ਇਤਿਹਾਸ ਦਾ ਪੰਨਾ ਬਣ ਚੁੱਕੇ ਹਨ ਸਾਰੀਆਂ ਫੋਟੋਆਂ ਵੀ ਉਹਨਾਂ ਨਾਲ ਕੌਮ ਦੀ ਵਫਾਦਾਰੀ ਕੀਤੀ ਕੌਮ ਨਾਲ ਵਫਾਦਾਰੀ ਕੌਮ ਨਾਲ ਪਿਆਰ ਸਮਰਪਿਤ ਹੋ ਗਏ ਸੀ ਕੌਮ ਨੂੰ ਉਹ ਕੌਮ ਨੂੰ ਸਮਰਪਿਤ ਹੋ ਗਏ ਕੌਮ ਨੂੰ ਹੀ ਆਪਣਾ ਪਰਿਵਾਰ ਬਣਾ ਲਿਆ ਸੀਗਾ ਉਹਨਾਂ ਨੇ ਕੋਈ ਜਿਹੜਾ ਸਾਡਾ ਪਰਿਵਾਰ ਸੀਗਾ ਉਹਦੇ ਨਾਲ ਬਹੁਤ ਘੱਟ ਮਤਲਬ ਕਿ ਬਹੁਤ ਮਾਂ ਪਿਓ ਦੀ ਕੋਈ ਖਿੱਚ ਨਹੀਂ ਪਈ ਇਹੋ ਜਿਹੀ ਕਿ ਵਾਪਸ ਆ ਜਾਓ ਜਾਂ ਪਰਿਵਾਰ ਨੇ ਕਿਹਾ ਹੋਵੇ ਕਿ ਮਹਿੰਗਾ ਸਿੰਘ ਕੁਲਵੰਤ ਸਿੰਘ ਵਾਪਸ ਆ ਜਾਓ ਇੱਕ ਵਾਰੀ ਨਾ ਇਹ 84 ਦੀ ਹੋਈ ਗੱਲ ਹੈ ਮੈਂ ਮਤਲਬ ਕਿ ਕੁਛ ਟਾਈਮ ਪਹਿਲੇ ਮਿਲਣ ਆਇਆ ਸੀਗਾ ਇਹਨਾਂ ਨੂੰ ਮੇਰੀ ਬੇਟੀ ਹੋਈ ਸੀਗੀ ਅਸੀਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਆਏ ਸੀਗੇ ਅਸੀਂ ਆ ਕੇ ਇੱਥੇ ਦੇਖਿਆ ਸਾਨੂੰ ਮਿਲੇ ਨਹੀਂ ਮਿਲੇ ਅਤੇ ਮੈਂ ਦਰਬਾਰ ਸਾਹਿਬ ਗਿਆ ਗੁਰੂ ਰਾਮਦਾਸ ਅੱਗੇ ਅਰਦਾਸ ਕੀਤੀ ਮੈਂ ਕਿਹਾ ਸੱਚੇ ਪਾਤਸ਼ਾਹ ਜੀ ਉਹ ਮਤਲਬ ਕਿ ਤੁਸੀਂ ਤਾਂ ਹਰ ਇੱਕ ਮਨੋਕਾਮਨਾ ਪੂਰੀਆਂ ਕਰ ਸਕੇ ਤੁਹਾਡੇ ਘਰ ਤਾਂ ਬੇਅੰਤ ਖਜ਼ਾਨੇ ਹਨ ਇੱਕ ਵਾਰੀ ਮੇਲ ਕਰਾ ਦਿਉ ਭਾਈ ਸਾਹਿਬ ਨਾਲ ਮੈਂ ਉੱਥੋਂ ਅਰਦਾਸ ਕਰਕੇ ਮੈਂ ਮੇਰੇ ਘਰ ਦੇ ਅਸੀਂ ਆਏ ਹਾਂ ਜਦੋਂ ਅਸੀਂ ਗੁਰੂ ਆਪਣਾ ਲੰਗਰਹਾਲਾ ਵਾਲੇ ਪਾਸੇ ਆਏ ਹਾਂ ਗੁਰੂ ਰਾਮਦਾਸ ਲੰਗਰ ਉੱਥੋਂ ਸਾਹਮਣੇ ਗੁਰੂ ਨਾਨਕ ਨਿਵਾਸ ਦੇ ਉੱਪਰ ਖੇਲਦੇ ਹੋਏ ਨਜ਼ਰ ਆਏ ਅੱਛਾ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਮਤਲਬ ਮੇਲ ਕਰਾਉਣਾ ਸੀਗਾ ਇਹ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਮੇਲ ਹੋਇਆ ਕੋਈ ਸਾਡੇ ਜਦੋਂ ਦੇਖਿਆ ਉੱਪਰ ਗੁਰੂ ਨਾਨਕ ਨਿਵਾਸ 'ਤੇ ਖੇਲ ਰਹੇ ਹੈ ਤਾਂ ਮੈਂ ਕਿਹਾ ਚਲੋ ਬਈ ਚੱਲਦੇ ਹਾਂ ਪੌੜੀਆਂ ਚੜ੍ਹ ਕੇ ਮਿਲਣ ਵਾਸਤੇ ਗਏ ਤਾਂ ਪਹਿਲੇ ਪੁੱਛ ਪੜਤਾਲ ਉਹਨਾਂ ਨੇ ਕੀਤੀ ਵੀ ਹਾਂ ਕਿਸ ਤਰ੍ਹਾਂ ਨਹੀਂ ਤੁਸੀਂ ਕੌਣ ਹੈ ਜਿਹਨਾਂ ਦੀ ਡਿਊਟੀ ਲਗਾਈ ਹੋਈ ਸੀ ਤੁਸੀਂ ਆਪਣਾ ਦੇਖਣਾ ਵੀ ਕੋਈ ਬੇਪਛਾਣ ਬੰਦਾ ਉੱਪਰ ਆਉਣ ਦੀ ਕੋਸ਼ਿਸ਼ ਨਾ ਕਰੇ ਜਿਹਦੀ ਪਛਾਣ ਨਾ ਹੋਵੇ ਉਹਨਾਂ ਨੇ ਪੁੱਛਿਆ ਕੌਣ ਹੈ ਤੁਸੀਂ ਮੈਂ ਕਿਹਾ ਵੀ ਮੈਨੂੰ ਨਹੀਂ ਪਤਾ ਸੀਗਾ ਮਹਿੰਗਾ ਸਿੰਘ ਉਸ ਟਾਈਮ ਨਾਮ ਰੱਖਿਆ ਹੋਇਆ ਇਹ ਮਹਿੰਗਾ ਸਿੰਘ ਨਾਮ ਸਾਨੂੰ ਬਾਅਦ 'ਚ ਹੀ ਪਤਾ ਲੱਗਿਆ 1984 ਤੋਂ ਬਾਅਦ ਪਤਾ ਲੱਗਿਆ ਜੂਨ ਤੋਂ ਪਹਿਲੇ ਨਹੀਂ ਪਤਾ ਸੀਗਾ ਤੁਸੀਂ ਕੀ ਪੁੱਛਿਆ ਫਿਰ ਉਹਨਾਂ ਨੂੰ ਪੁੱਛਿਆ ਜੀ ਕੁਲਵੰਤ ਸਿੰਘ ਜੀ ਮਤਲਬ ਕਿ ਜਮਨਾ ਨਗਰ ਤੋਂ ਹੈਗੇ ਵੀ ਸਾਡੇ ਭਾਈ ਸਾਹਿਬ ਹੈ
ਅਤੇ ਉਹਨਾਂ ਨੂੰ ਮਿਲਣਾ ਹੈਗਾ। ਕਹਿੰਦੇ ਇੱਥੇ ਕਿਸ ਤਰ੍ਹਾਂ ਮਿਲਣਾ, ਇੱਥੇ ਤਾਂ ਨਹੀਂ ਹੈਗੇ। ਮੈਂ ਕਿਹਾ ਜੀ ਉੱਪਰ ਅਸੀਂ ਹੁਣ ਖੇਡਦੇ ਹੋਏ ਦੇਖ, ਉੱਪਰ ਖੇਡਦੇ ਹੋਏ ਦੇਖੇ ਹਾਂ, ਉੱਪਰ ਖੇਡ ਰਹੇ ਸੀਗੇ, ਫਿਰ ਹੱਸ ਗਏ, ਹੱਸ ਪਏ। ਫਿਰ ਉਹ ਕਹਿੰਦੇ ਕੋਈ ਨਹੀਂ, ਦੋ ਮਿੰਟ ਰੁਕੋ ਤੁਸੀਂ। ਉਹਨਾਂ ਨੇ ਵੀ ਪਛਾਣ ਲਿਆ ਵੀ ਇਹ ਜਿਨ੍ਹਾਂ ਨੇ ਖੇਡਦੇ ਹੋਏ ਦੇਖਿਆ ਇਹ ਆਪਣੇ ਹੋਊਗਾ, ਕੋਈ ਆਪਣੇ ਕੋਈ ਹੋਣਗੇ ਇਹਨਾਂ ਦੇ। ਅਤੇ ਫਿਰ ਉਹਨਾਂ ਨੂੰ ਪੁੱਛਿਆ ਜਾ ਕੇ ਵੀ ਤੁਸੀਂ ਕਿਸ ਤਰ੍ਹਾਂ, ਮਤਲਬ ਕਿ ਇਸ ਤਰ੍ਹਾਂ ਕੋਈ ਦਵਿੰਦਰਪਾਲ ਸਿੰਘ ਕੋਈ ਦੱਸਦੇ ਆ ਨਾਮ। ਕਹਿੰਦੇ ਵੀ ਮੈਂ ਮਹਿੰਗਾ ਸਿੰਘ ਦਾ, ਕੁਲਵੰਤ ਸਿੰਘ ਦਾ ਭਰਾ ਵਾਂ। ਮਹਿੰਗਾ ਸਿੰਘ ਤਾਂ ਬਾਅਦ 'ਚ ਸਾਨੂੰ ਪਤਾ ਲੱਗਿਆ ਨਾ, ਇਹ ਸ਼ਹਾਦਤ ਤੋਂ ਬਾਅਦ ਪਤਾ ਲੱਗਿਆ। ਉਹਨਾਂ ਨੇ ਕਿਹਾ ਵੀ ਇਹ ਚਲੋ ਮਿਲਾਓ, ਲਿਆਓ, ਬੁਲਾ ਲਓ, ਹਾਂ ਮੇਰਾ ਭਰਾ ਹੈ। ਸਾਨੂੰ ਗੁਰੂ ਨਾਨਕ ਨਿਵਾਸ ਲੈ ਗਏ, ਅਸੀਂ ਉੱਥੇ ਰਾਤੀ ਰੁਕੇ ਵੀ ਹਾਂ, ਅਸੀਂ ਰਾਤੀ ਰੁਕੇ ਹਾਂ ਉੱਥੇ। ਅਸੀਂ ਮਤਲਬ ਕਿ ਉਹਨਾਂ ਨੇ ਸ਼ਗਨ ਵੀ ਦਿੱਤਾ ਮੇਰੀ ਬੇਟੀ ਨੂੰ ਕਿਸੇ ਸਿੰਘ ਤੋਂ ਲੈ ਕੇ, ਭਤੀਜੀ ਨੂੰ ਆਸ਼ੀਰਵਾਦ, ਆਸ਼ੀਰਵਾਦ ਸ਼ਗਨ ਦਿੱਤਾ, ਪਿਆਰ ਦਿੱਤਾ। ਫਿਰ ਮੈਂ ਕਿਹਾ ਤੁਸੀਂ ਬਈ ਮਾਤਾ ਪਿਤਾ ਜੀ ਦੀ ਇੱਛਾ ਹੈਗੀ ਹੈ ਵੀ ਤੁਸੀਂ ਵਾਪਸ ਆ ਜਾਓ, ਵਾਪਸ ਆ ਕੇ ਤੁਸੀਂ ਬਈ ਤੁਹਾਡਾ ਵਿਆਹ ਕਰਨਾ, ਬਈ ਪਰਿਵਾਰ 'ਚ ਆ ਜਾਓ ਤੁਸੀਂ। ਉਹ ਕਹਿੰਦੇ ਮੇਰੀ ਜਿਹੜਾ ਵਿਆਹ ਹੈ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਹੋਏਗਾ, ਤੁਸੀਂ ਮੈਨੂੰ ਕਹਿੰਦੇ ਵੀ ਤੁਸੀਂ ਆਪਣੇ ਪਰਿਵਾਰ ਦੀ, ਮਾਂ ਬਾਪ ਦੀ ਦੇਖਭਾਲ ਤੁਸੀਂ ਕਰੋ, ਜਿਹੜੀ ਮੇਰੀ ਜ਼ਿੰਮੇਵਾਰੀ ਹੈ ਪੰਥ ਦੀ, ਮੈਂ ਉਹ ਪੰਥ ਦੀ ਜ਼ਿੰਮੇਵਾਰੀ ਨਿਭਾਉਣੀ ਹੈ। ਵਾਪਸ ਜਾਣ ਤੋਂ ਨਾ ਕਰ ਦਿੱਤਾ? ਹਾਂ, ਉਹਨਾਂ ਨੇ ਮਤਲਬ ਕਿਹਾ ਤੁਸੀਂ ਮਾਂ ਬਾਪ ਦੀ ਸੇਵਾ ਕਰੋ, ਮਾਂ ਬਾਪ ਦੇ ਉਹਨਾਂ ਨੂੰ ਸੰਭਾਲੋ, ਮੇਰੀ ਸੇਵਾ ਜਿਹੜੀ ਜ਼ਿੰਮੇਵਾਰੀ ਉਹ ਪੰਥ ਦੀ ਹੈ, ਮੈਂ ਪੰਥ ਲਈ ਆਪਣਾ ਕੁਛ ਕਰਨਾ, ਮੈਂ ਪੰਥ ਦੀ ਜ਼ਿੰਮੇਵਾਰੀ ਨਿਭਾਵਾਂਗਾ, ਤੁਸੀਂ ਪਰਿਵਾਰ ਦੀ ਜ਼ਿੰਮੇਵਾਰੀ ਨਿਭਾਓ। ਇਹ ਉਹਨਾਂ ਦੇ ਵਿਚਾਰ ਸੀਗੇ ਉਸ ਟਾਈਮ। ਮਾਤਾ ਜੀ ਵੀ ਆਣ ਕੇ ਮਿਲੇ ਉਹਨਾਂ ਨੂੰ? ਮਾਤਾ ਜੀ ਕੋਈ ਦੋ ਚਾਰ ਵਾਰੀ ਹੋ ਸਕਦਾ ਆਏ ਹੋਣਗੇ। ਅਤੇ ਜਦੋਂ ਫਿਰ ਇੱਥੇ ਸ਼ਹਾਦਤ ਤੋਂ ਬਾਅਦ ਸਾਨੂੰ ਬੁਲਾਇਆ ਗਿਆ, ਆਏ ਮਾਤਾ ਜੀ। ਕਿਵੇਂ ਪਤਾ ਲੱਗਾ ਸ਼ਹਾਦਤ ਦਾ? ਸ਼ਹਾਦਤ ਦਾ ਤਾਂ ਜਦੋਂ ਸ਼ਹਾਦਤ ਹੋਈ ਹੈ ਅਤੇ ਜਥੇਬੰਦੀ ਨੇ ਸਭ ਨੇ ਵਿਚਾਰ ਕੀਤੀ ਵੀ ਸਭ ਤੋਂ ਪਹਿਲੇ ਮਾਤਾ ਪਿਤਾ ਜੀ ਨੂੰ ਬੁਲਾਇਆ ਜਾਵੇ। ਫਿਰ ਅੰਬਾਲੇ ਸ਼੍ਰੋਮਣੀ ਕਮੇਟੀ ਦੇ ਜੋ ਸੀਗੇ ਕਰਤਾਰ ਸਿੰਘ ਜੀ ਟੱਕਰ ਸੀਗੇ, ਉਹਨਾਂ ਨੇ ਉੱਥੇ ਮੰਜੀ ਸਾਹਿਬ ਹਾਲ, ਮੰਜੀ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਸੁਨੇਹਾ ਭੇਜਿਆ। ਉੱਥੋਂ ਦੀ ਫਿਰ ਉਹਨਾਂ ਨੇ ਆਪਣਾ ਜਮੁਨਾਨਗਰ ਸਾਨੂੰ ਸੁਨੇਹਾ ਭੇਜਿਆ। ਜਮੁਨਾਨਗਰ ਤੋਂ ਫਿਰ ਉਹ ਸਾਨੂੰ ਲੈ ਕੇ ਆਏ ਅੰਬਾਲੇ ਤੱਕ। ਅੱਗੋਂ ਫਿਰ ਮਾਤਾ ਪਿਤਾ ਜੀ ਨੂੰ ਪਤਾ ਸੀਗਾ ਵੀ ਉਹ ਕਿਸ ਤਰ੍ਹਾਂ, ਮਤਲਬ ਕਿ ਮਾਤਾ ਪਿਤਾ ਜੀ ਨੂੰ ਉਹਨਾਂ ਨੇ ਟ੍ਰੇਨ 'ਤੇ ਚਲਾਇਆ, ਬੱਸ 'ਤੇ ਚਲਾਇਆ, ਜਾਂ ਮਤਲਬ ਕਿ ਇੱਥੋਂ ਤੱਕ ਛੱਡ ਕੇ ਗਏ। ਉਹ ਫਿਰ ਮਾਤਾ ਜੀ ਨੂੰ ਪਤਾ ਹੈਗਾ ਜਦੋਂ ਸ਼ਹੀਦੀ ਹੁੰਦੀ ਉਦੋਂ। ਹਾਂ, ਸ਼ਹੀਦੀ ਟਾਈਮ 'ਤੇ, ਮਤਲਬ ਸੰਸਕਾਰ ਟਾਈਮ 'ਤੇ ਜਦੋਂ ਮਾਤਾ ਜੀ ਪਹੁੰਚ ਗਏ ਸੀ? ਹਾਂ, ਮਾਤਾ ਜੀ ਵੀ ਪਹੁੰਚ ਗਏ ਸੀ, ਪਿਤਾ ਜੀ ਵੀ ਪਹੁੰਚ ਗਏ ਸੀਗੇ, ਦੋਨੋਂ ਆਏ ਸੀਗੇ। ਤੁਸੀਂ ਕਿੱਥੇ ਸੀ ਉਦੋਂ? ਉਸ ਟਾਈਮ ਅਸੀਂ ਜਮੁਨਾਨਗਰ ਹੀ ਸੀਗੇ ਜੀ, ਜਮੁਨਾਨਗਰ ਸੀਗੇ ਅਸੀਂ ਉਸ ਟਾਈਮ। ਜਦੋਂ ਇੱਥੇ ਹਮਲਾ ਹੁੰਦਾ, ਹਾਂਜੀ, ਆਪਣੀ ਹੀ ਸਰਕਾਰ ਸੀ ਕਿਉਂਕਿ ਭਾਰਤ ਆਪਣਾ ਸੀ ਨਾ, ਉਹਦੇ ਵਾਸਤੇ ਅਸੀਂ ਕੁਰਬਾਨੀਆਂ ਕੀਤੀਆਂ। 90% ਤੋਂ ਬਾਅਦ ਜਦੋਂ ਆਪਾਂ ਸ਼ੁਰੂਆਤ ਕੀਤੀ ਸੀ ਕਿ 90% ਤੋਂ ਬਾਅਦ ਕੁਰਬਾਨੀਆਂ ਹੋਈਆਂ, ਦੇਸ ਆਜ਼ਾਦ ਦਾ ਭਾਰਤ ਬਣ ਗਿਆ। ਹਾਂਜੀ, ਭਾਰਤ ਦੇ ਵਿੱਚ ਆਜ਼ਾਦ ਖਿੱਤੇ ਦੀ ਗੱਲ ਹੋਈ, ਉਹ ਨਹੀਂ ਮਿਲਿਆ ਤੁਹਾਨੂੰ, ਜਰਾਇਮ ਪੇਸ਼ਾ ਕੌਮ ਦਾ ਖਿਤਾਬ ਦੇ ਦਿੱਤਾ ਉਹ ਸਰਕਾਰਾਂ ਨੇ ਕੀਤਾ ਹੋਇਆ। 1984 ਦਾ ਅਟੈਕ ਜਦੋਂ ਭਾਰਤੀ ਫੌਜ ਉਹ ਜ਼ਾਲਮਾਨਾ ਕਾਇਰਾਨਾ ਹਰਕਤ ਕਰਦੀ ਆ, ਉਹਨੂੰ ਬਾਹਰ ਬੈਠਾ ਸੀ ਕਿਹੜਾ, ਪੰਜਾਬ ਤੋਂ ਬਾਹਰ ਸੀ, ਉਹ ਕਿਵੇਂ ਵੇਖਦਾ ਸੀ ਉਹਨੂੰ? ਦੇਖੋ, ਪੰਜਾਬ ਤੋਂ ਬਾਹਰ ਬੈਠਾ ਸਿੱਖ ਵੀ ਆਖਰ ਸ਼੍ਰੀ ਅਕਾਲ ਤਖਤ ਸਾਹਿਬ ਨਾਲ, ਸ਼੍ਰੀ ਹਰਿਮੰਦਰ ਸਾਹਿਬ ਨਾਲ ਜੁੜਿਆ ਹੋਇਆ ਹੈ, ਮਨ 'ਚ ਸਤਿਕਾਰ ਹੈ। ਦਰਦ ਤਾਂ ਤਕਲੀਫ ਤਾਂ ਸਭ ਨੂੰ, ਸਾਰੇ ਹਰ ਇੱਕ ਸਿੱਖ ਨੂੰ ਸੀਗੀ, ਇੱਕੋ ਜਿਹੀ ਤਕਲੀਫ ਸੀਗੀ ਵੀ ਸਾਡੇ ਨਾਲ ਬੇਇਨਸਾਫੀ ਹੋਈ ਹੈ, ਸਾਡੇ ਨਾਲ ਧੱਕਾ ਹੋਇਆ, ਧੱਕਾ ਹੋਇਆ। ਮੈਂ ਪਹਿਲੇ ਵੀ ਤੁਹਾਨੂੰ ਜ਼ਿਕਰ ਕੀਤਾ, ਮਤਲਬ ਕਿ ਸਾਨੂੰ ਜਰਾਇਮ ਪੇਸ਼ਾ ਕੌਮ ਦਾ ਖਿਤਾਬ ਦਿੱਤਾ ਜਾਂਦਾ, ਲੇਕਿਨ ਦੱਸਿਆ ਤਾਂ ਨਹੀਂ ਜਾਂਦਾ ਅਸੀਂ ਜਰਾਇਮ ਪੇਸ਼ਾ ਵਾਲਾ ਕੰਮ ਕੀ ਕੀਤਾ ਸੀਗਾ। ਸਾਨੂੰ ਦੱਸੋ ਤਾਂ ਸਹੀ, ਅਸੀਂ ਜਰਾਇਮ ਪੇਸ਼ਾ ਕਿਆ? ਕਿਸੇ ਵੀ ਸਿੱਖ ਨੇ ਅੱਜ ਤੱਕ ਲੜਾਈਆਂ ਲੱਗੀਆਂ, ਜਨਰਲ ਸੁਵੇਕ ਸਿੰਘ ਜੀ ਨੇ ਕਿੰਨੀ ਵੱਡੀ ਲੜਾਈ ਜਿੱਤੀ ਹੈ, ਕਿਆ ਉਹਨਾਂ ਨੂੰ ਇਨਸਾਫ ਮਿਲਿਆ? ਕਿਆ ਉਹਨਾਂ ਨੇ ਗਦਾਰੀ ਕੀਤੀ, ਜਾਂ ਹੋਰ ਜਿਹੜੇ ਜਨਰਲ ਜਗਜੀਤ ਸਿੰਘ ਅਰੋੜਾ ਜੀ ਸੀਗੇ, ਕਿਆ ਕਿਸੇ ਨੇ ਦੇਸ਼ ਨਾਲ ਗਦਾਰੀ ਕੀਤੀ, ਦੇਸ਼ ਨਾਲ ਵਫਾਦਾਰੀ ਨਹੀਂ ਨਿਭਾਈ? ਇਹ ਉੱਠਦੇ ਹੈ, ਮੂੰਹ ਚੱਕ ਕੇ ਕਹਿ ਦਿੰਦੇ ਹੈ ਸਿੱਖ ਗਦਾਰ ਹੈ, ਸਿੱਖ ਅਲੱਗ ਹੋਣਾ ਚਾਹੁੰਦੇ ਹੈ, ਸਿੱਖ ਫਲਾਣੇ ਹੈ, ਬਿਨਾਂ ਮਤਲਬ ਤੋਂ ਘਰ ਬੈਠਿਆਂ ਆਪਣੀਆਂ ਵਿਉਂਤਬੰਦੀਆਂ ਸਕੀਮਾਂ, ਸਿੱਖਾਂ ਨੂੰ ਜਲੀਲ ਕਰਨਾ, ਸਿੱਖਾਂ ਦਾ ਅਕਸ਼ ਖਰਾਬ ਕਰਨਾ ਪੂਰੇ ਹਿੰਦੁਸਤਾਨ ਦੇ ਵਿੱਚ, ਇਹ ਸਰਕਾਰ ਦਾ ਹੀ ਕੰਮ ਹੈ। ਲੇਕਿਨ ਜੇ ਸਰਕਾਰ ਚਾਹੇ ਸਿੱਖਾਂ ਦੇ ਪ੍ਰਤੀ ਸਾਰੇ ਹਿੰਦੁਸਤਾਨ 'ਚ ਵੀ ਪਿਆਰ ਬਣ ਸਕਦਾ। ਅੱਜ ਸਿੱਖ ਕਿਸੇ ਪਾਸੇ ਜਾਂਦਾ ਹੈ, ਕੋਈ ਜੋ ਮਰਜ਼ੀ ਸਿੱਖ ਦੀ ਬੇਇੱਜ਼ਤੀ ਕਰ ਲਵੇ, ਕਿਸੇ ਨੂੰ ਕੋਈ ਮਤਲਬ ਕਿ ਉਹ ਨਹੀਂ। ਇਹ ਪਿੱਛੇ ਤੁਸੀਂ ਦੇਖਿਆ ਹੋਣਾ ਆਪਣਾ ਜਦੋਂ ਕਿਸਾਨ ਮੋਰਚਾ ਲੱਗਿਆ ਸੀਗਾ, ਉਸ ਟਾਈਮ ਵੀ ਹੋਈਆਂ ਉਹ ਯੂਪੀ ਵਿੱਚ, ਉਹ ਪਤਾ ਨਹੀਂ ਕਿਹੜਾ ਇੱਕ ਕੋਈ ਮੰਤਰੀ ਉਹਦੇ ਬੱਚੇ ਨੇ
किस तरह मतलब किस तरह क्या उन्होंने सजावं मिली कोई सिख माड़ी जी भी कोई गुनाह कर दे ना सिख न लेकिन असि दसो तो सही देश द्रोह वाला काम केड़ा कीता सिख कौम ने अज तक 1947 तो पहले असि देश नूं आजाद वास्ते आजादी दवाउण वास्ते लड़ाइयां लड़ते रहे अज असि देश की रखवाली लई सिख लड़ाइया लड़ते रहे हैं बार्डर से असी गदारी वाला काम केड़ा किया देश ध्रोही वाला काम केड़ा किया सानू तो अज तक यह समझ नहीं आ रही सरकार की 1984 दे विच 1 जून नू हाँ जी भाई साहब की शहीदी हो जाती है हाँ जी इत्थे एक होर साका वापरिया 1978 दे विच हाँ जी कि उहदे विच भाई साहब की शमूलियत हैगी सी उहनां दिनां बारे पता कुछ तुहानू उह भाई साहब की बीबी अमरजीत कौर जी ने दस्सिया हैगा जदों 1978 बीबी अमरजीत कौर कौन बीबी अमरजीत कौर जी शहीद भाई फौजा सिंह जी दे सिंगनी है उन्होंने घर दे उन्होंने दस्या भी जदों भाई फौजा सिंह जी की शहादत हुई है ना उन्होंने भाई महंगा सिंह जी की ड्यूटी लगाई सी जाके पिंड दस के आना भाई भाई साहब शहीद हो गए हैं भाई फौजा सिंह जी शहादत हो गई है क्योंकि उस टाइम इन्ने साधन नहीं सी भाई शमूलियत कारा वरताया गया सो उस टाइम जो शहादत हो गई है उस तो बाद बीबी अमरजीत कौर जी नूं पता लग्या बीबी अमरजीत कौर ने भाई उस टाइम नाम महंगा सिंह रखता होया सीगा उस टाइम भाई महंगा सिंह नाम इन्होंने रखता होया इन्हों भेजा गया भाई फौजा सिंह जी के पिंड हाँ मम्मिया चकरंगा अच्छा इन्हों पिंड भेजा गया उ गुरदासपुर फिर इन्होंने इंद्रजीत सिंह बागी भी दसिया उ जाके इंद्रजीत सिंह जी बागी और पिंड दस के आए इस तरह भाई साहब की शहादत हो गई है उस टाइम पता लग गया इस तरह मतलब पहलों उस समय शमूलियत कह सकते हैं विचरते विचरते सारा कुछ जो दसा गया ना बीबी अमरजीत कौर जी ने जो शहादत के टाइम साढ़े माता जी इत्थे आए हैं माता जी ने दसिया बी मैं इन्हों अपना धर्म का पुत्र बनाया हुआ 78 तो शहादत हो गई भाई फौजा सिंह जी की बीबी अमरजीत कौर ने धर्म का पुत्र बना लिया सेवा कर लग गए बीबी अमरजीत कौर जी इन्होंने नाम रखता जटायू परिवार ने यह परिवार भी विचरते सीगे परिवार पूरे च बीबी अमरजीत कौर की सेवा भावना करके इन्हों का परिवार पूरा ही परिवार बी भाई फौजा सिंह जी का बीबी अमरजीत कौर जी का पूरा ही परिवार भाई साहब का पूरा सत्कार करता सीगा क्योंकि वफादारी नाल चाहे तो परिवार की जिम्मेवारी होंगी सी चाहे बीबी अमरजीत कौर जी की जिम्मेवारी होंगी सी उन्होंने अपनी तनदेही नाल क्योंकि परिवार ही इन्होंने अपना पंथ नूं परिवार बना लिया सीगा पंथक दे पंथ लई भाई फौजा सिंह जी ने कुरबानी की सी गुरबाणी लई गुरु लई निरादर लई रोकण लई कुरबानी की गुरबाणी का सो इन्होंने सोचा भी तो फिर परिवार वांगू विचरण डे पे कह सकदे हां कि परिवार वांगू विचरे परिवार वांगू विचरे भाई फौजा सिंह दे परिवार दे हां ओदे विच विचरे उन्होंने परिवार ने अज भी जे कोई उन्होंने जाके महंगा सिंह या कुलवंत सिंह कहेगा तो उन्होंने नहीं पता लगेगा उन्होंने परिवार च जे कोई किसी मिलेगा तो बीबी जी दसदे हुण भी कहिंदे हुण भी जे उन परिवार च कोई जाएगा जटायू करके कहणगे तो एकदम कह देणगे हां जी पता लग जाऊगा हां जटायू करके जदों शहीदी हुंदी है जदों तुहाडे परिवार नूं पता लगदा हां जी माता पिता नूं पता तुहानूं वी उस उदों ही पता लगदा तुसीं उस टाइम दसणा चाहुंदे हां जी जून 1 जून नूं पता लगदा 84 नूं वी शहादत हो गई है तो उस टाइम माता पिता आए माता पिता जी नूं जदों सुनेहा पहुंचिया उत्थे लैण गए दसिया उन्होंने उत्थों जदों पता ही उस टाइम लग्या सी जदों दसणगे क्योंकि उस टाइम मीडिया का जमाना घट सीगा ते आ गए लैण भाई इस तरह कुलवंत सिंह जी की शहादत हो गई है उत्थे महंगा सिंह जी की शहादत हो गई है भाई तुसीं उत्थे संस्कार टाइम पर जाना है जथेबंदी ने संस्कार कदों कीता गया संस्कार 2 जून नूं मंजी साहब हाल के नाल संस्कार किया गया सीगा जिथे 265 उस तो 265 साल पहले अबदाली टाइम शहीद होए सिंघां दा संस्कार होया सीगा सारे जथेबंदियां ने उस टाइम सरोपे पाए पूरे सन्मान दे नाल जिस तरह किसी शहीद कौमी शहीद का संस्कार करते हैं उस तरह कौमी शहीद वांगू उन्हां दा संस्कार किया गया क्योंकि उन्होंने अपना आप कौम नूं समर्पित करता सीगा
इस लिए कौम दे सी के कौम ले ही उन्होंने कुरबानी की थी सी साढ़े परिवार ले ही उन्होंने कुरबानी नहीं परिवार ना तो विचरते ही नहीं सी के सो पंथ परिवार बना लिया सी पंथ को परिवार बना लिया पंथ ने उन्हों का पूरे सन्मान नाल पूरे जिस तरह रीति रिवाजा नाल किसी शहीद सिंह का संस्कार किया जाता उस तरह उन्हों का संस्कार किया तकरीबन 38-39 साल का समा लंघ चुका है इस टाइम के उत्ते पंथ दियां सफां पंथक सफां जदों विचरदे हो किन्ना क मान सन्मान मिलता है कि ये भाई दविंदर सिंह आ भाई महंगा सिंह दे भराता मैं 5-4 दिन पहले ही उत्थे चंडीगढ़ गया सिंह गुरु गोबिंद सिंह सभा सिंह सभा केंद्रीय सिंह सभा केंद्रीय सिंह सभा चंडीगढ़ उन्हां दे दफ्तर असी उन्हां ने बुलाया गए उन्होंने पूरे बड़े व्डे व्डे स्रोते आए हुए थे विचार रख रहे थे अपने उन्होंने विचार रख रहे थे उन्होंने पता लग्या जदों भाई भाई महंगा सिंह का परिवार उन्होंने भाई साहब इत्थे आए हुए हैं तो उन्होंने मतलब सन्मान किया उन्होंने शरोपा दे के सन्मान किया उन्होंने कहा भी अज साडे विच सिख कौम महान हस्ती जिन्होंने पंथ लई कुरबानी की है उन्होंने भाई साहब आए हैं असी उन्हों का सन्मान करना चाहते हैं उन्होंने सन्मान किया मेरे को फखर महसूस हो फखर तो देखो सदा ही फखर रहना है चाहे सन्मान कर सू तो पता साढ़े भाई साहब ने परिवार ले नहीं पंथ लिए कुरबानी करके पलकों से बिठा के रखे बिल्कुल बिल्कुल जी पंथ विचों पूरा जेडे तो पंथ लिए जिन्हों तो पता कुरबानी का जिन्हों नहीं पता है जेडे कुरबानी मतलब कि अज भी मतलब जेडे झोली चुके जेडे आपां कह दी आपां सोने के छित्रां दे यार हैं जिन्हों सोने के छित्र प्यारे लगते हैं उन्हां बारे तो मैं कुछ कह नहीं सकता भाई साहब मैं जिवें शुरुआत जिक्र की सी कई तो अजे भी कहिंदे कि 1984 भुल जाओ ये देखो कभी एक हैगा बेअंत सिंह का पोता कभी वह उठ के सिखां नूं नसीहत देन लग जांदा जिस तरह वह बहुत ज़्यादा सियाणा हैगा उदे दादे ने बहुत ज़्यादा वो मतलब कि सिख पति लिए पंथ लिए कुरबानी गया सब नूं पता है कि उदे पुत्त ने सिखां दा शिकार खेलिया कदी ये अज दा मुख्यमंत्री भी उठ के श्री अकाल तख्त साहब नूं ऐ होना चाहिए ऐ होना चाहिए ऐ नहीं बोलना चाहिए वो भाई तुसी क्यों मतलब कि सिखां दे उहदे च करदे हैं क्या सिखां च दिमाग नहीं हैगा क्या सिखां च अकल नहीं हैगी सिखां च दिमाग भी है सिखां च बुद्धि भी है लेकिन सिखां नूं तुसी सारे ही मिल के जिहड़ी मर्जी सरकार आ जाए पॉलिसियां इक्को ही हैं चाहे अकाली दल की सरकार आ जाए चाहे कांग्रेस की सरकार आ जाए चाहे भाजपा की सरकार आ जाए सब ने इक्को ही इन्हां दियां पॉलिसियां सेम ही रहिंदियां एक दस्सियो भाई साहब जदों भाई साहब इत्थे सी ਉਹਨਾਂ ਦਿਨਾਂ ਦੇ ਵਿੱਚ ਧਰਮ ਯੁੱਧ ਮੋਰਚੇ ਦੀ ਵੀ ਗੱਲ ਹੁੰਦੀ ਹੈ ਹਾਂਜੀ ਹਾਂਜੀ ਕੀ ਉਹ ਸ਼ਮੂਲੀਅਤ ਹੋਈ ਧਰਮ ਯੁੱਧ ਮੋਰਚੇ ਭਾਈ ਸਾਹਿਬ ਦੀ ਕਿਤੇ ਗੱਲਬਾਤ ਤੁਹਾਨੂੰ ਇਸ ਬਾਰੇ ਪਤਾ ਲੱਗਾ ਨਹੀਂ ਸਾਡੇ ਨਾਲ ਮੈਂ ਤੁਹਾਨੂੰ ਦੱਸਿਆ ਵਿਚਰਦੇ ਘੱਟ ਸੀਗੇ ਅਸੀਂ ਮੈਂ 1-2 ਵਾਰੀ ਆਇਆ ਜੀ ਉਹਨਾਂ ਨੂੰ ਮਿਲਣ ਵਾਸਤੇ ਇੱਥੇ ਉਹਨਾਂ ਨਾਲ ਮੇਲ ਮਿਲਾਪ ਹੋਇਆ ਪਰਿਵਾਰ ਨਾਲ ਮੋਹ ਛੱਡ ਦਿੱਤਾ ਉਹਨਾਂ ਨੇ ਪਰਿਵਾਰ ਨਾਲ ਮੋਹ ਛੱਡਤਾ ਮੈਂ ਧਰਮ ਯੁੱਧ ਮੋਰਚੇ ਵਿੱਚ 1-2 ਵਾਰੀ ਉੱਥੇ ਸੰਤ ਜਰਨੈਲ ਸਿੰਘ ਜੀ ਨੂੰ ਵੀ ਲੈਕਚਰ ਕਰਦੇ ਆ ਦੇਖ ਤੁਸੀਂ ਦਰਸ਼ਨ ਕੀਤੇ ਸੰਤ ਜਰਨੈਲ ਸਿੰਘ ਖਾਲਸਾ ਪਿੰਡ ਵਾਲੇ ਬਸ ਉੱਥੇ ਲੈਕਚਰ ਕਰਦੇ ਹੀ ਦਰਸ਼ਨ ਕੀਤੇ ਆ ਵੈਸੇ ਮੈਂ ਉਹਨਾਂ ਦਾ ਨਿੱਜੀ ਵਾਰਤਾਲਾਪ ਨਹੀਂ ਹੋਇਆ ਵਾਰਤਾਲਾਪ ਨਹੀਂ ਹੋਇਆ ਮੇਲ ਮਿਲਾਪ ਨਹੀਂ ਹੋਇਆ ਉਹਨਾਂ ਨਾਲ ਕੀ ਖਿੱਚ ਪਈ ਕੋਈ ਕਹਿੰਦੇ ਕਿ ਸੰਤਾਂ ਦਾ ਜਿਹੜਾ ਭਾਸ਼ਣ ਸੁਣ ਲੈਂਦੇ ਹੁੰਦੇ ਬੜੀ ਖਿੱਚ ਪੈਂਦੀ ਸੀ ਉਹ ਤਾਂ ਕਹਿੰਦੇ ਕਿ ਮੈਂ ਇੱਥੋਂ ਦਾ ਹੀ ਹੋ ਕੇ ਰਹਿ ਜਾ ਉਹ ਸੰਤਾਂ ਦਾ ਭਾਸ਼ਣ ਠੀਕ ਸੀ ਕੋ ਪੰਥ ਪ੍ਰਤੀ ਉਹਨਾਂ ਦੀ ਸੋਚ ਪੰਥ ਪ੍ਰਤੀ ਸੀ ਵੀ ਪੰਥ ਪ੍ਰਤੀ ਕੁਝ ਕਰਨਾ ਹੈਗਾ ਸੰਤਾਂ ਦੀ ਸੋਚ ਸੀ ਜਿਸ ਤਰ੍ਹਾਂ ਬਬਰਾਂ ਦੀ ਸੋਚ ਸੀ ਇਹਨਾਂ ਦੀ ਸੋਚ ਸੀ ਖੰਡ ਕਿਰਨੀ ਜਥਿਆਂ ਦੀ ਇਹ ਸਾਰੇ ਹੀ ਬਾਣੀ ਨਾਲ ਬਾਣੇ ਨਾਲ ਜੁੜੇ ਹੋਏ ਸੀਗੇ ਜਦੋਂ ਸੰਤਾਂ ਨੂੰ ਮਿਲੇ ਸੀ ਕਿੰਨੇ ਕੁ ਸਿੰਘ ਸੀ ਲੱਗੇ ਅਤੇ ਉਹ ਸੰਨ ਕਿਹੜੀ ਸੀ ਜਦੋਂ ਤੁਸੀਂ ਉਹਨਾਂ ਦਾ ਭਾਸ਼ਣ ਸੁਣਿਆ ਮੇਰੇ ਖਿਆਲ ਮੈਂ 84 ਦੀ ਹੋਈ ਗੱਲ ਹੈ ਧਰਮ ਯੁੱਧ ਮੋਰਚੇ ਵਿੱਚ ਜਦੋਂ ਮੈਂ ਇੱਥੇ ਆਪਣੇ ਘਰਦਿਆਂ ਨਾਲ ਬੱਚੀ ਨਾਲ ਆਇਆ ਅੱਛਾ ਉਸ ਟਾਈਮ ਸੁਣਿਆ ਸਪੀਚ ਦਾ ਇੰਨੀ ਹੁਣ ਦਿਮਾਗ 'ਚ ਵੀ ਨਹੀਂ ਕਿਹਾ ਉਹਨਾਂ ਨੇ ਬੋਲਿਆ ਕਿਆ ਨਹੀਂ ਬੋਲਿਆ ਪਰ ਯਾਦ ਆਉਂਦੀ ਹੋਊਗੀ ਮਤਲਬ ਕਿ ਠੀਕ ਸੀ ਉਹਨਾਂ ਦੀ ਸਪੀਚ ਵਿੱਚ ਨਾ ਲੋਕ ਸੋਚਣ ਲਈ ਮਜਬੂਰ ਹੋ ਜਾਂਦੇ ਸੀ ਸੁਣਦੇ ਸੀਗੇ ਵੀ ਸੰਤ ਕੀ ਕਹਿ ਰਹੇ ਹੈ ਸੰਤ ਕੀ ਕਹਿ ਰਹੇ ਹੈ ਸੋਚਣ ਲਈ ਜਿਸ ਤਰ੍ਹਾਂ ਕੋਈ ਸਿਆਣਾ ਲੀਡਰ ਜਦੋਂ ਪਾਰਲੀਮੈਂਟ ਵਿੱਚ ਬੋਲਦਾ ਹੈ ਨਾ ਤੇ ਸਾਰੇ ਬੰਦੇ ਚੁੱਪ ਕਰ ਜਾਂਦੇ ਆ ਪਰ ਇਹਦੇ ਵਿਚਾਰ ਸੁਣੋ
ਸ਼ਾਂਤੀ ਪਸਰ ਜਾਂਦੀ ਸੀ ਜਦੋਂ ਬੋਲਦੇ ਸੀ। ਹਾਂ ਉਹਨਾਂ ਦੀ ਸ਼ਾਂਤੀ ਮਤਲਬ ਕਿ ਕੋਈ ਰੋਲਾ ਰੱਪਾ ਨਹੀਂ ਹੁੰਦਾ ਸੀਗਾ ਵੀ ਇਹ ਸੰਤ ਕੀ ਕਹਿ ਰਹੇ ਇਹਨਾਂ ਦੇ ਵਿਚਾਰ ਸੁਣੋ। ਜਿਸ ਤਰ੍ਹਾਂ ਪਾਰਲੀਮੈਂਟ ਵਿੱਚ ਹਰ ਇੱਕ ਬੰਦਾ ਕਹਿੰਦਾ ਨਾ ਵੀ ਸਿਆਣਾ ਬੰਦਾ ਕੀ ਕਹਿ ਰਿਹਾ ਇਹਨਾਂ ਦੇ ਵਿਚਾਰ ਸੁਣਨੇ, ਉਸ ਤਰ੍ਹਾਂ ਹੀ ਸੰਤਾਂ ਦੇ ਵਿਚਾਰ ਸੁਣਨਾ ਚਾਹੁੰਦੇ। ਤੁਸੀਂ ਪਹਿਲੀ ਵਾਰੀ ਉਹ ਤੁਸੀਂ ਵਿਚਾਰ ਸੁਣੇ, ਹਾਂਜੀ, ਤੇ ਉਦੋਂ ਕੋਈ ਮਾਈਕ ਵਗੈਰਾ ਤੇ ਗੱਲਬਾਤ ਕੀਤੀ ਸੀ ਉਹਨਾਂ ਕਿ ਆਮ ਸੰਗਤ ਦੇ ਵਿੱਚ? ਨਹੀਂ ਨਹੀਂ, ਮਾਈਕ ਵਿੱਚ ਨਹੀਂ, ਉਹ ਧਰਮ ਜੋਧ ਮੋਰਚੇ ਦਾ ਜਿਸ ਤਰ੍ਹਾਂ ਮੰਜੀ ਸਾਹਿਬ ਹਾਲ ਵਿੱਚ ਉਹ ਮੋਰਚੇ ਨੂੰ ਜਦੋਂ ਭੇਜਦੇ ਹੁੰਦੇ ਸੀ ਨਾ ਗ੍ਰਿਫਤਾਰੀ ਲਈ, ਗ੍ਰਿਫਤਾਰੀਆਂ ਵਾਸਤੇ ਗ੍ਰਿਫਤਾਰ, ਉਸ ਟਾਈਮ ਉੱਥੇ ਹੀ ਉਹਨਾਂ ਮੋਰਚੇ ਨੂੰ ਸਿੰਘਾਂ ਨੂੰ ਭੇਜਦੇ ਹੁੰਦੇ ਸੀ, ਉੱਥੇ ਹੀ ਉਹਨਾਂ ਨੇ ਮਤਲਬ ਉਹਨਾਂ ਦੇ ਵਿਚਾਰ ਸੁਣੇ। ਅੱਛਾ, ਇੰਨੀ ਸ਼ਾਂਤੀ ਪਸਰੀ ਸੀ ਕਿ ਉਹ ਵਿਚਾਰ ਪਤਾ ਲੱਗਦੇ ਸੀ? ਹਾਂ ਵੀ ਕੀ ਕਹਿ ਰਹੇ ਸੰਤ, ਸੰਤ ਕੀ ਕਹਿ ਰਹੇ, ਉਹ ਕਿਉਂ ਪੰਥ ਦੀ ਗੱਲ ਕਰਦੇ ਸੀ, ਕੌਮ ਦੀ ਗੱਲ ਕਰਦੇ ਸੀਗੇ, ਉਹਨਾਂ ਨੇ ਕੌਮ 'ਚ ਅਣਖ ਜਗਾਈ ਸੀ ਕਿ ਕੌਮ 'ਚ ਉਹਨਾਂ ਨੇ ਅਣਖ ਜਗਾਈ ਸੀਗੀ, ਕੌਮ ਨੂੰ ਜਗਾਇਆ ਸੀਗਾ, ਸੋ ਕੌਮ ਉਹਨਾਂ ਦੀ ਗੱਲ ਸੁਣਨਾ ਚਾਹੁੰਦੀ ਸੀਗੀ। ਕੁਛ ਬੰਦਿਆਂ ਨੂੰ ਉਹਨਾਂ ਦੀ ਗੱਲ ਅੱਛੀ ਨਹੀਂ ਲੱਗਦੀ ਸੀਗੀ, ਉਹਨਾਂ ਨੂੰ ਸੋਚਦਾ ਸੀ, ਸੋ ਉਹਨਾਂ ਦੀ ਸੋਚ ਹੋ ਗਈ ਸੀਗੀ ਸ਼ਾਇਦ ਬਈ ਜੇ ਅੱਗੇ ਆ ਗਏ ਸਾਡੀਆਂ ਮਤਲਬ ਦੁਕਾਨਾਂ ਬੰਦ, ਸਾਡੀਆਂ ਦੁਕਾਨਾਂ ਬੰਦ ਹੋ ਜਾਣੀਆਂ, ਉਹਨਾਂ ਨੂੰ ਚੁਭਣ ਡਿਆ। ਪਰ ਸੰਤਾਂ ਦੀ ਕੋਈ ਐਸੀ ਵਿਚਾਰਧਾਰਾ ਨਹੀਂ ਸੀਗੀ ਵੀ ਰਾਜ ਕਰਨ ਦੀ ਜਾਂ ਮਤਲਬ ਕਿ ਉਹ, ਸੰਤਾਂ ਦੀ ਸਿਰਫ ਗੱਲ ਸੀਗੀ ਕੌਮ ਲਈ ਕੁਛ ਅਗਰ ਹੋ ਸਕਦਾ। ਵੈਸੇ ਤਾਂ ਜਨਰਲ ਬਰਾੜ ਵੀ ਕਿਤਾਬ ਆਪਣੀ 'ਚ ਲਿਖਦਾ ਕਿ ਸੰਤਾਂ ਮਗਰ ਅਸੀਂ 14 ਕੁ ਬੰਦੇ ਭੇਜੇ ਸੀ, ਕਹਿੰਦੇ ਕਿ ਸੰਤਾਂ ਨੂੰ ਮਨਾਉਣ ਵਾਸਤੇ ਕਿ ਤੁਹਾਨੂੰ ਸ਼ਾਇਦ ਰਾਜ ਭਾਗ ਦੀ ਵੀ ਗੱਲ ਚੱਲੀ ਹੋਊਗੀ ਅਤੇ ਨਕਦ ਨਾਮੇ ਦੀ ਵੀ ਗੱਲ ਚੱਲੀ ਹੋਊਗੀ, ਕਿ ਬਹੁਤ ਵੱਡਾ ਬਜਟ ਉਹਨੇ ਦੱਸਿਆ ਕਿ ਬਹੁਤ ਕੁਛ ਦੇ ਕੇ ਭੇਜਿਆ ਸੀ ਉਹਨਾਂ ਨੂੰ ਕਿ ਜਿਹੜੀ ਗੱਲਬਾਤ। ਉਹ ਕਹਿੰਦਾ ਕਿ 14 ਸਿੰਘਾਂ ਨੇ ਸੋਚਿਆ ਸੀ ਕਿ ਸਭ ਸੁਰ ਸਿੱਖ ਭੇਜੇ ਸੀ ਗੱਲਬਾਤ ਕਰਨ ਵਾਸਤੇ, ਉਹ ਕਹਿੰਦਾ ਸੋਚਿਆ ਕਿ ਸਾਡਾ ਸੁਨੇਹਾ ਲੈ ਕੇ ਕੋਈ ਆਉਣਗੇ, ਕਹਿੰਦਾ 14 ਸਿੱਖ ਜਿਹੜੇ ਫੌਜੀ ਵੀ ਗਏ ਸੀ ਨਾ ਉਹ ਵੀ ਵਾਪਸ ਨਹੀਂ ਆਏ, ਸੰਤਾਂ ਨੇ ਉਹ ਵੀ ਮੰਗ ਵੀ ਠੁਕਰਾ ਦਿੱਤੀ ਸੀ ਉਸ ਸਮੇਂ। ਇਹੋ ਜਿਹਾ ਭਾਸ਼ਣ ਹੁੰਦਾ ਸੀ, ਇਹੋ ਜਿਹਾ ਜੋਸ਼ ਸੀ ਉਹਨੂੰ ਸੁਣ ਕੇ, ਉਹ 14 ਜਿਹੜੇ ਹੈਗੇ ਸੀ ਉਹ ਵੀ ਉਹਨਾਂ ਦੇ ਨਾਲ ਜਾ ਰਹੇ ਸੀ। ਦੇਖੋ ਹੁਣ ਜਿਹੜੀ ਤਾਂ ਜਨਰਲ ਬਰਾੜ ਕਹਿੰਦਾ ਬਈ ਅਸੀਂ ਸੰਤਾਂ ਨੂੰ ਔਫਰਾਂ ਕੀਤੀਆਂ, ਮੁੱਖ ਮੰਤਰੀ ਦੀ ਔਫਰ ਕੀਤੀ ਜਾਂ ਅਸੀਂ ਬਾਹਰਲੇ ਦੇਸ਼ ਵਿੱਚ ਔਫਰਾਂ ਕੀਤੀਆਂ, ਸੰਤ ਜੀ ਦੀ ਉਮਰ ਤਾਂ ਕਾਫੀ ਵੱਡੀ ਹੋ ਚੁੱਕੀ ਸੀਗੀ, ਉਹਨਾਂ ਨੇ ਤਾਂ ਠੁਕਰਾਣੀ ਸੀਗੀ, ਆਪਣੇ ਤਾਂ 7 ਸਾਲ ਔਰ 9 ਸਾਲ ਦੇ ਸਾਹਿਬਜ਼ਾਦਿਆਂ ਨੇ ਵੀ ਸਰਕਾਰ ਉਸ ਟਾਈਮ ਦੀ ਸਰਕਾਰ ਦੀਆਂ ਮਤਲਬ ਕਿ ਠੁਕਰਾ ਦਿੱਤੀਆਂ ਸੀਗੀਆਂ ਔਫਰਾਂ, ਕਿਆ ਛੋਟੇ ਸਾਹਿਬਜ਼ਾਦਿਆਂ ਨੂੰ ਨਹੀਂ ਔਫਰਾਂ ਦਿੱਤੀਆਂ ਗਈਆਂ ਸੀਗੀਆਂ? ਜਿਹੜਾ ਪੰਥ ਨਾਲ ਔਰ ਰਾਣੀਆਂ ਦੇ ਡੋਲੇ ਦੇ ਦਾਂਗੇ ਤੁਹਾਨੂੰ, ਜਿਹੜਾ ਪੰਥ ਨਾਲ ਔਰ ਉਹ ਹੈਗਾ ਉਹ ਮਤਲਬ ਸਭ ਉਹਨਾਂ ਨੂੰ ਇਹ ਪੈਸਿਆਂ ਨਾਲ ਜਾਂ ਉਹਦੇ ਨਾਲ ਮੋਹ ਨਹੀਂ ਹੁੰਦਾ ਹੈਗਾ। ਭਾਈ ਕੁਲਵੰਤ ਸਿੰਘ ਜੀ ਨੂੰ, ਮਹਿੰਗਾ ਸਿੰਘ ਜੀ ਨੂੰ ਵੀ ਪੈਸੇ ਨਾਲ ਕੋਈ ਪਿਆਰ ਨਹੀਂ ਸੀਗਾ, ਇਹਨਾਂ ਨੂੰ ਪੰਥ ਨਾਲ ਪਿਆਰ ਸੀਗਾ, ਸੰਤ ਜੀ ਨੂੰ ਵੀ ਪਿਆਰ ਸੀਗਾ, ਪੰਥ ਨਾਲ ਪਿਆਰ ਸੀਗਾ, ਪੰਥ ਲਈ ਕੁਛ ਕਰਨਾ ਚਾਹੁੰਦੇ ਸੀਗੇ, ਭਾਈ ਮਹਿੰਗਾ ਸਿੰਘ ਜੀ ਵੀ ਪੰਥ ਪ੍ਰਤੀ ਕੁਛ ਕਰਨਾ ਚਾਹੁੰਦੇ ਸੀਗੇ, ਪੰਥ ਲਈ ਕੁਛ ਕਰੀਏ। ਬੜੇ ਸ਼ਹੀਦ ਹੋਏ ਜੇ ਆਪਾਂ ਉੱਥੇ ਗੱਲ ਕਰੀਏ, ਪਹਿਲੇ ਦਿਨ ਭਾਈ ਮਹਿੰਗਾ ਸਿੰਘ ਦੀ ਸ਼ਹੀਦੀ ਹੁੰਦੀ ਹੈ, ਜੇ ਦੂਜੇ ਪਾਸੇ ਗੱਲ ਕਰੀਏ ਤਾਂ ਅਣਗਿਣਤ ਸ਼ਹੀਦ ਹੋਏ। ਪਰ ਜੇ ਆਪਾਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੀ ਗੱਲ ਕਰਦੇ ਹਾਂ, ਜਨਰਲ ਸੁਵੇਗ ਸਿੰਘ ਦੀ ਗੱਲ ਕਰਦੇ ਹਾਂ, ਬਾਬਾ ਠਾਰਾ ਸਿੰਘ ਦੀ ਗੱਲ ਕਰੀਏ ਅਤੇ ਭਾਈ ਅਮਰੀਕ ਸਿੰਘ, ਵੱਡੇ ਚਿਹਰੇ ਸੀਗੇ ਸੰਤਾਂ ਤੋਂ, ਸੰਤਾਂ ਦੇ ਨਾਲ ਤੁਸੀਂ ਇਹ ਚਿਹਰਿਆਂ ਦੇ ਦਰਸ਼ਨ ਕੀਤੇ ਕਿਸੇ ਦੇ? ਨਹੀਂ, ਮੇਰੇ ਇਹਨਾਂ ਦੇ ਮੇਰੇ ਦਰਸ਼ਨ ਕਰਨ ਦਾ ਨਹੀਂ। ਮੈਂ ਸੰਤ ਜੀ ਨੂੰ ਤੁਹਾਨੂੰ ਪਹਿਲੇ ਵੀ ਦੱਸ ਚੁੱਕਿਆ ਵੀ ਮੈਂ ਸੰਤਾਂ ਜੀ ਨੂੰ, ਸੰਤ ਜੀ ਨੂੰ, ਜਰਨੈਲ ਸਿੰਘ ਜੀ ਨੂੰ ਉੱਥੇ ਜਦੋਂ ਮੋਰਚੇ ਨੂੰ ਭੇਜਿਆ ਕਰਦੇ ਸੀਗੇ, ਸਿੰਘਾਂ ਨੂੰ ਭੇਜਿਆ ਕਰਦੇ ਸੀ ਗ੍ਰਿਫਤਾਰੀ ਲਈ, ਮੈਂ ਉੱਥੇ ਉਸ ਟਾਈਮ ਹੀ ਦਰਸ਼ਨ ਹੋਏ ਆ ਮੇਰੇ, ਜ਼ਿਆਦਾ ਨਾ ਕੋਈ ਵਾਰਤਾਲਾਪ ਹੋਇਆ ਸੰਤ। ਹਾਂ, ਸੰਤ ਇੰਨਾ ਜ਼ਰੂਰ ਹੁਣ ਵੀ ਸੁਣਨ ਚਾਹੁੰਦਾ, ਸੰਤ ਜਰਨੈਲ ਸਿੰਘ ਜੀ ਵੀ ਮਹਿੰਗਾ ਸਿੰਘ ਜੀ ਦਾ ਪੂਰਾ ਸਤਿਕਾਰ ਕਰਿਆ ਕਰਦੇ ਸੀ, ਕਿਉਂਕਿ ਉਹ ਆਪਣਾ ਪੰਥ ਪ੍ਰਤੀ ਪੰਥ ਨੂੰ ਸਮਰਪਿਤ ਸੀਗੇ। ਭਾਈ ਸਾਹਿਬ, ਅੱਜ ਦੀ ਥੋੜ੍ਹੀ ਜਿਹੀ ਗੱਲ ਕਰ ਲਈਏ, ਹਾਂਜੀ, ਕਿਉਂਕਿ ਅੱਜ ਵੀ ਜੇ ਆਪਾਂ ਗੱਲ ਕਰੀਏ ਬੰਦੀ ਸਿੰਘਾਂ ਦੀ ਰਾਈ ਦੇ ਮੋਰਚੇ ਚੱਲ ਰਹੇ ਆ, ਪਾਣੀਆਂ ਦੀ ਗੱਲ ਹੋ ਰਹੀ ਆ, ਚੰਡੀਗੜ੍ਹ ਦਾ ਮਸਲਾ, ਬਹੁਤ ਮਸਲੇ ਆ ਜੇ ਪੰਜਾਬ ਦੇ ਮਸਲੇ ਦੀ ਗੱਲ ਕਰੀਏ, ਮੈਨੂੰ ਤਾਂ ਰੋਜ਼ ਹੀ ਮਸਲਾ ਇੱਕ ਰੱਖੀ ਜਾਈਏ ਅਤੇ ਕਈ ਸਾਲ ਟੌਪਿਕ ਨਹੀਂ ਖਤਮ ਹੋਣੇ। ਹਾਂਜੀ, ਮੈਂ ਭਾਈ ਮਹਿੰਗਾ ਸਿੰਘ ਦਾ, ਭਾਈ ਕੁਲਵੰਤ ਸਿੰਘ ਜੀ ਦਾ ਪਰਿਵਾਰ ਇਸ ਚੀਜ਼ ਨੂੰ ਕਿਵੇਂ ਸੋਚਦਾ? ਦੇਖੋ, ਮੈਂ ਪਹਿਲੇ ਵੀ ਇੱਕ ਵਾਰੀ ਦੱਸਿਆ ਹੈਗਾ ਤੁਹਾਨੂੰ, ਸਾਡੇ ਨਾਲ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਨੇ ਲਿਖਤੀ ਸਮਝੌਤਾ ਸਾਡੀ ਲੀਡਰਸ਼ਿਪ ਨਾਲ ਕੀਤਾ ਸੀਗਾ ਵੀ 26 ਜਨਵਰੀ ਨੂੰ ਤੁਹਾਨੂੰ ਚੰਡੀਗੜ੍ਹ ਦੇ ਦਿੱਤਾ ਜਾਏਗਾ। ਅਸੀਂ ਉਹ ਭਰੋਸੇ 'ਤੇ ਇਤਬਾਰ ਕਰ ਲਿਆ, ਕਿਆ ਉਹ ਭਰੋਸੇ 'ਤੇ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਆਪਣੇ ਦੇਸ਼ ਦੇ ਬਸ਼ਿੰਦਿਆਂ ਨਾਲ ਨਹੀਂ ਪੂਰਾ ਉਤਰ ਸਕਿਆ? ਕਿਆ ਇਹ ਅਸੀਂ ਇਹਨਾਂ ਤੋਂ ਕਿਆ ਉਮੀਦ ਰੱਖਾਂ? ਕਿਆ ਇਹ ਜੇ ਆਪਾਂ ਹਵਾਰਾ ਜੀ ਦੀ ਜਾਂ ਮਤਲਬ ਇਹਨਾਂ ਦੀ ਗੱਲ ਕਰਦੇ ਹਾਂ, ਸੁੱਖੇ ਦੀ ਗੱਲ, ਹਰਜਿੰਦਰ ਸਿੰਘ ਜਿੰਦੇ ਦੀ ਸੁੱਖੇ ਦੀ ਗੱਲ ਕਰਦੇ ਹਾਂ, ਇਹਨਾਂ ਤੁਸੀਂ ਇਹ ਦੱਸੋ ਕਿਆ ਇਹਨਾਂ ਨੇ ਆਪਣੇ ਲਈ ਕੁਰਬਾਨ ਲੜਾਈ ਲੜੀ ਹੈ? ਇਹਨਾਂ ਨੇ ਕੌਮ ਲਈ, ਦੇਖੋ ਇਹਨਾਂ ਨੇ ਜਦੋਂ ਸਿੱਖਾਂ ਦਾ ਸ਼ਿਕਾਰ ਖੇਲਣਾ ਸ਼ੁਰੂ ਕੀਤਾ, ਬੇਅੰਤ ਸਿੰਘ ਜੀ ਨੇ, ਮੈਂ ਕਿਸੇ ਦੇ ਬਰਖਿਲਾਫ਼ ਨਹੀਂ, ਨਾ ਮੈਂ ਉਸ ਲੈਂਦਾ, ਮੈਂ ਤਾਂ ਆਪਣਾ ਇੱਕ ਛੋਟਾ ਮੋਟਾ ਵਪਾਰ ਕਰਦਾ, ਵਪਾਰ 'ਚ ਮੈਂ ਕਿਸੇ ਦੇ ਸਰਕਾਰ ਦੇ ਖਿਲਾਫ਼ ਨਹੀਂ ਜਾਂਦਾ, ਕਿਸੇ ਦੇ ਪਰਿਵਾਰ ਦੇ ਖਿਲਾਫ਼ ਨਹੀਂ ਜਾਂਦਾ, ਮੈਨੂੰ ਉਹਦੇ ਬਾਰੇ ਮੈਂ ਕੋਈ ਗੱਲ ਨਹੀਂ ਕਰਨੀ। ਲੇਕਿਨ
पता तो लगता ना सिखा का शिकार खेडिया गया, सिखा निहत्थे मारिया गया, घर चुक के बलविंदर सिंह जटाने के परिवार को। माझे दे विच कई पिंड सी जिथों जंजा नहीं सी उठियां कई समा, ये मतलब कि सरकारां ने मतलब कि अपनी वो सोच अधीन किया, ये जुलम नूं ठल पाउण लई ही मतलब कि हर हवारज जी ने या तुसी जिन्हां ने बेअंत सिंह नूं सौदा लाया सी, सौदा लाया इन्हां ने कोई इन्हां दे मन च तड़फ सी कि नहीं सिख अपनी लड़ाई नहीं कह सकते कौम नहीं लड़ाई लड़ी, पर उन्हां ने जे आपां अज वी गल करिए बंदी सिंघां दी वड्डी लड़ाई लड़ी जा रही है, तो चंडीगढ़ के ते मोहाली के बॉर्डर से लड़ी जा रही है, शायद अजे तक सरकार उधरले पासे कोई गल नहीं कर रही, बंदी सिंघां दी रिहाइयां नहीं हो रही। ये तो सरकार नूं देखो इस बारे ना सोच लेना चाहिए है, विचार कर लेनी चाहिए है। देखो जुलम की भी कोई हद हुंदी है, जुलम की ना कोई हद हुंदी है, तुसी पुराने इतिहास देख लो जदों छोटे साहिबजादे नूं शहीद किया गया, कोई बंदा सिंह बहादुर उस टाइम कोई नाम नहीं सीगा, गुरु महाराज ने नदेड़ जाके बंदा सिंह बहादुर को थापड़ा दिता, मुगल राज दा तहश नहश करता, मुगल राज दीआं जड़ां पटतीआं मतलब कि बंदा सिंह बहादुर ने, जुलम की कोई हद हुंदी है। तुसी उहदा इजराइल का ही देख लो, इजराइल के उत्ते किन्ने जुलम किए गए सी यहूदियों के उत्ते, लेकिन अज वो जुलम के विचों ही इजराइल पैदा होया, ਗਾਥਾ ਨੀ ਪੂਰੀ ਲਿਖੀ ਜਾ ਸਕਦੀ। ਭਾਈ ਮਹਿੰਗਾ ਸਿੰਘ ਦੀ ਗੱਲਬਾਤ ਕੀਤੀ ਸੀ, ਕੁਲਵੰਤ ਸਿੰਘ ਪਹਿਲਾ ਨਾਮ ਸੀ ਭਾਈ ਸਾਹਿਬ ਨੇ ਦੱਸਿਆ, ਉਹ ਤੋਂ ਬਾਅਦ ਦੇ ਵਿੱਚ ਜਥੇਬੰਦੀ 'ਚ ਆ ਜਾਂਦੇ ਆ ਤੇ ਉਹਨਾਂ ਦਾ ਪਿਆਰ ਦਾ ਨਾਮ ਜਿਹੜਾ ਉਹ ਮਹਿੰਗਾ ਸਿੰਘ ਬਣ ਜਾਂਦਾ, ਤੇ ਮਹਿੰਗਾ ਸਿੰਘ ਬੱਬਰ 1984 ਦੇ ਪਹਿਲੇ ਸ਼ਹੀਦ ਸੀ, ਉਹਨਾਂ ਦਾ ਪਰਿਵਾਰ ਸਾਡੇ ਨਾਲ ਸੀ। ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਜਿਵੇਂ ਮੈਂ ਦੱਸਿਆ ਕਿ ਇਤਿਹਾਸ ਦੀਆਂ ਗੱਲਾਂ ਹੋਣ, ਸ਼ਹੀਦਾਂ ਦੀਆਂ ਗੱਲਾਂ ਹੋਣ, ਬੇਸ਼ੱਕ ਇਹ ਸਰਕਾਰੀ ਦਰਬਾਰੇ ਚੁੱਭਦੀਆਂ ਵੀ ਹੋਣਗੀਆਂ ਕਿ ਕਿਉਂ ਗੱਲਾਂ ਹੁੰਦੀਆਂ, ਜਿਵੇਂ ਤੁਸੀਂ ਗੱਲ ਕੀਤੀ ਬੇਅੰਤ ਸਿੰਘ ਦੇ ਪਰਿਵਾਰ ਦੇ ਵਿੱਚ, ਉਹ ਇੱਕ ਵਾਰੀ ਸਾਡੇ 'ਤੇ ਸਵਾਲ ਖੜ੍ਹਾ ਹੋ ਗਿਆ ਸੀ, ਰਸ਼ਪਾਲ ਸਿੰਘ ਛੰਦੜਾ ਜੀ ਜਿਵੇਂ ਉਹਨਾਂ ਦੇ ਪਰਿਵਾਰ ਦੀ ਗੱਲਬਾਤ ਹੋਈ ਅਤੇ ਉਹਨਾਂ ਨੇ ਜਦੋਂ ਗੱਲਬਾਤ ਦੱਸੀ ਤਾਂ ਸ਼ਾਇਦ ਜਦੋਂ ਦਰਦ ਬਿਆਨਿਆ ਜਾਂਦਾ ਨਾ, ਉਹ ਦਰਦ ਦੇ ਵਿੱਚੋਂ ਜਿਹੜੀ ਚੀਸ ਹੁੰਦੀ ਆ ਉਹ ਤਾਂ ਉਹਨੂੰ ਉਸੇ ਗੋਲੀ ਵਾਂਗੂ ਵੱਜਦੀ ਆ ਜਿਹੜੇ ਪਰਿਵਾਰ ਨੇ ਜ਼ੁਲਮ ਕੀਤੇ ਹੁੰਦੇ ਆ, ਉਹ ਜ਼ੁਲਮੀ ਪਰਿਵਾਰਾਂ ਨੂੰ ਸ਼ਾਇਦ ਉਸੇ ਤਰ੍ਹਾਂ ਵੱਜਦੀਆਂ। ਪਰ ਮਹਿੰਗਾ ਸਿੰਘ ਦੀ ਸ਼ਹੀਦੀ ਨੂੰ ਪ੍ਰਣਾਮ ਆ ਅਕਾਲ ਚੈਨਲ ਵੱਲੋਂ ਵੀ, ਅਤੇ ਪਹਿਲੇ ਸ਼ਹੀਦ ਜਿਹੜੇ 1 ਤਰੀਕ ਜਿਨ੍ਹਾਂ ਦਾ ਕਿ ਖਾਸ ਕਰਕੇ ਉਹਨਾਂ ਕਿਹਾ ਕਿ ਪਰਿਵਾਰ ਨੂੰ ਅੱਜ ਵੀ ਪਿਆਰ, ਅੱਜ ਵੀ ਸਨੇਹ ਅਤੇ ਕੌਮ ਗੱਲ ਵਕੜੀ 'ਚ ਲੈਂਦੀ ਆ, ਬੜਾ ਪਿਆਰ ਅਤੇ ਮਾਣ ਦਿੰਦੀ ਆ। ਅਤੇ ਭਾਈ ਮਹਿੰਗਾ ਸਿੰਘ ਬੱਬਰ ਦੀ ਸ਼ਹੀਦੀ ਹੁੰਦੀ ਆ 1 ਜੂਨ ਨੂੰ, ਜੋ ਵਰਤਾਰਾ ਵਾਪਰਿਆ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੀ ਸ਼ਹੀਦੀ ਹੋਣੀ, ਜਨਰਲ ਸੁਬੇਗ ਸਿੰਘ ਦਾ ਸ਼ਹੀਦ ਹੋ ਜਾਣਾ, ਭਾਈ ਅਮਰੀਕ ਸਿੰਘ, ਬਾਬਾ ਅਠਾਰਾ ਸਿੰਘ ਅਤੇ ਅਣਗਿਣਤ ਉੱਥੇ ਸ਼ਹੀਦੀਆਂ ਹੋਈਆਂ। ਅਤੇ ਮੈਂ ਜੇ ਕੱਲ੍ਹ ਹੀ ਕਿਸੇ ਨਾਲ ਗੱਲਬਾਤ ਕਰ ਰਿਹਾ ਸੀ, ਮੈਂ ਪੁੱਛਿਆ ਕਿ ਕਿੰਨੇ ਕੁ ਜਾਣੇ ਸੀ ਅੰਦਰ ਭਾਈ ਸਾਹਿਬ, ਅਤੇ ਉਹਨਾਂ ਨੇ ਦੱਸਿਆ ਕਿ ਕੁਛ ਚੰਦ ਕੁ ਬੰਦੇ। ਅਤੇ ਜਦੋਂ ਚੰਦ ਕੁ ਬੰਦਿਆਂ ਦੀ ਗੱਲ ਆਉਂਦੀ ਆ ਅਤੇ ਅਗਲੇ ਪਾਸੇ ਆਪਣੀ ਫੌਜ ਹੋਵੇ, ਪਰ ਜੇ ਜ਼ੁਲਮੀ ਰਾਜ ਦਾ ਥੋੜ੍ਹਾ ਪਿੱਛੇ ਚੱਲ ਜਾਈਏ ਆਪਾਂ, ਅਤੇ 1.25 ਲੱਖ ਨਾਲ ਇੱਕ ਨਾਲ ਲੜਾਉਣ ਦੀ ਗੱਲ ਉਦੋਂ ਵੀ ਹੋਈ, ਅਤੇ ਉਹ ਹੀ ਸਾਬਤ ਕਰ ਦਿੱਤਾ ਗਿਆ ਸੀ 1984 ਦੇ ਵਿੱਚ ਵੀ, ਇਹ ਜ਼ੁਲਮ ਇੱਕ ਹੈ ਜੋ ਸਰਕਾਰਾਂ ਨੇ ਉਸ ਸਮੇਂ ਢਾਇਆ। ਕੁਛ ਤਾਂ ਕਹਿੰਦੇ ਆ ਕਿ ਇਹ ਜ਼ੁਲਮ ਤੁਸੀਂ ਭੁੱਲ ਜਾਓ, ਅਤੇ ਭਾਈ ਸਾਹਿਬ ਨੇ ਜਿਵੇਂ ਜ਼ਿਕਰ ਕੀਤਾ ਕਿ ਸ਼ਾਇਦ ਉਹ ਪਰਿਵਾਰ ਜਿਹੜੇ ਕਹਿੰਦੇ ਆ ਜ਼ੁਲਮ ਕਰਾਉਣ ਵਾਲਾ ਵੀ ਉਹਨਾਂ ਦਾ ਪਰਿਵਾਰ ਹੀ ਸੀ, ਅਤੇ ਉਹ ਜ਼ੁਲਮ ਇੰਨੀ ਇੰਤਹਾ ਵੱਧ ਚੁੱਕੀ ਸੀ ਕਿ ਜਿਹਨੂੰ ਸ਼ਾਇਦ ਸਦੀਆਂ ਨਹੀਂ, ਜਿੰਨਾ ਚਿਰ ਸਿੱਖ ਆ ਧਰਤੀ ਦੇ ਉੱਤੇ, ਜਿੰਨਾ ਚਿਰ ਸਿੱਖ ਰਹੂਗਾ, ਇਹ ਕਦੀ ਵੀ ਨਹੀਂ ਮਿਟ ਸਕਦਾ। ਇੱਕ ਯਾਦਾਂ ਹੋਣਗੀਆਂ, ਕਿਤੇ ਭਾਈ ਦਵਿੰਦਰ ਸਿੰਘ ਦੀਆਂ ਯਾਦਾਂ ਹੋਣਗੀਆਂ ਜਿਹਦੇ ਵਿੱਚ ਗੱਲਾਂ ਬਾਤਾਂ ਅੱਜ ਤੋਂ 50 ਸਾਲ ਬਾਅਦ ਦੀ ਵੀ ਗੱਲ ਕਰਾਂਗੇ ਅਸੀਂ, ਅਤੇ ਉਹ ਪਤਾ ਲੱਗੂਗਾ ਕਿ ਭਾਈ ਸਾਹਿਬ ਕਿਸ ਪਰਿਵਾਰ ਨਾਲ ਸੰਬੰਧ ਸੀ, ਅਤੇ ਸ਼ਾਇਦ ਜ਼ਾਲਮਾਂ ਦੇ ਪਰਿਵਾਰਾਂ ਨੂੰ ਉਦੋਂ ਵੀ ਟੁੰਬਣਗੀਆਂ। ਧੰਨਵਾਦ ਕਰਦੇ ਹਾਂ ਭਾਈ ਦਵਿੰਦਰ ਸਿੰਘ ਦਾ, ਅਤੇ ਫਿਰ ਸਮੇਂ ਸਮੇਂ 'ਤੇ ਆਪਾਂ ਸਾਂਝ ਪਾਉਂਦੇ ਰਹਾਂਗੇ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।